ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਕਲੜਾ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਸੇਵਾਵਾਂ ਦੇ ਰਹੇ ਨੇ ਡੈਂਟਲ ਦੇ ਫੀਲਡ ਦੇ ਵਿੱਚ, ਔਰ ਪੰਜਾਬ ਦੇ ਵਿੱਚ ਇੱਕ ਨਾਮਵਰ ਨਾਮ ਹੈ। ਦੱਸੋ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ ਦੇ ਵਿੱਚ। ਥੈਂਕ ਯੂ ਜੀ। ਦੱਸੋ, ਕਿਵੇਂ ਸੰਭਵ ਹੋਇਆ ਕਿ ਟ੍ਰਿਬਿਊਨ ਗਰੁੱਪ ਵਰਗੀ ਜਿਹੜੀ ਵੱਡੀ ਇੱਕ ਗਰੁੱਪ ਹੈਗਾ, ਉਹਨਾਂ ਨੇ ਤੁਹਾਨੂੰ ਚੂਜ਼ ਕੀਤਾ, ਔਰ ਸਾਰੇ ਪੰਜਾਬ ਦੇ ਵਿੱਚੋਂ ਚੰਦ ਉਹਨਾਂ ਡਾਕਟਰਾਂ ਦੇ ਵਿੱਚੋਂ ਜਿਹੜੇ ਕਿ ਹਾਇਰ ਲੈਵਲ ਦੇ ਨੇ, ਉਹਨਾਂ 'ਚ ਤੁਹਾਨੂੰ ਇੱਕ ਪਾਇਨੀਅਰ ਉਹਨਾਂ ਨੇ ਬਣਾਇਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਟ੍ਰਿਬਿਊਨ ਵਾਲਿਆਂ ਦਾ ਇੱਕ ਐਨਾਲਿਸਿਸ ਹੋਇਆ ਸੀਗਾ, ਸਾਰੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਇਹਨਾਂ ਦੇ ਡਾਕਟਰਸ ਵਿੱਚੋਂ ਇਹਨਾਂ ਨੇ ਐਨਾਲਿਸਿਸ ਕੱਢਿਆ ਸੀਗਾ, ਜਿਹੜੇ ਕਿ ਟੋਪ ਮੋਸਟ ਡਾਕਟਰਸ ਹੈਗੇ ਹੈ, ਜਿਹਨਾਂ ਦੀ ਪ੍ਰੈਕਟਿਸਿਸ ਚੰਗੀਆਂ ਨੇ, ਜੋ ਕਿ NABH ਅਕ੍ਰੈਡਿਟਿਡ ਨੇ ਜਾਂ ਫਿਰ ਉਹ ਐਥੀਕਲ ਪ੍ਰੈਕਟਿਸ ਕਰਦੇ ਹੈਗੇ, ਤਾਂ ਉਹਨਾਂ ਵਿੱਚੋਂ ਉਹਨਾਂ ਨੇ ਕੁਛ ਡਾਕਟਰਸ ਚੁਣੇ ਸੀਗੇ ਜਿਨ੍ਹਾਂ ਦਾ ਫਿਰ ਇਹਨਾਂ ਨੇ ਆਪਣਾ ਕਵਰੇਜ ਕੀਤੀ ਸੀ। ਡਾਕਟਰ ਸਾਹਿਬ, ਇੱਕ ਸਮੇਂ ਦੀ ਪ੍ਰੈਕਟਿਸ ਔਰ ਅੱਜ ਦੀ ਪ੍ਰੈਕਟਿਸ, ਉਹਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ ਚੁੱਕਿਆ, ਲੇਕਿਨ ਡਾਕਟਰ ਕਲੜਾ ਹਮੇਸ਼ਾ ਇੱਕ ਨਵਾਂ ਕਲੜਾ ਬਣ ਕੇ ਹਰ ਰੋਜ਼ ਇੱਕ ਨਈ ਜਿਹੜੀ ਹੈਗੀ ਆ ਸੋਚ, ਔਰ ਕੋਈ ਵੀ ਦਿਨ ਜਿਹੜਾ ਹੈਗਾ ਉਹ ਇੱਦਾਂ ਨਹੀਂ ਹੈ ਵੀ ਉਸ ਦਿਨ 'ਚ ਕੋਈ ਨਈ ਸੋਚ, ਨਈ ਕ੍ਰੀਏਟਿਵਿਟੀ ਹੈ ਜਿਹੜੀ ਨਹੀਂ ਹੋਵੇ। ਕਿਵੇਂ ਤੁਸੀਂ ਇਹ ਪੋਸੀਬਲ ਕਰਦੇ ਹੋ, ਨਾਲ ਨਾਲ ਪ੍ਰੈਕਟਿਸ, ਨਾਲ ਨਾਲ ਹੋਸਪਿਟਲ ਸੰਭਾਲਣਾ, ਲੇਕਿਨ ਨਾਲ ਨਾਲ ਨਵੀਆਂ ਨਵੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਨਵੇਂ ਨਵੇਂ ਆਈਡੀਆਜ਼ ਲੈ ਕੇ ਆਉਣ? ਐਕਚੁਲੀ ਜੀ, ਡੈਂਟਲ ਪ੍ਰੈਕਟਿਸ ਦੇ ਵਿੱਚ ਇਨੋਵੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਕਿਸੇ ਵੀ ਡਾਕਟਰ ਨੂੰ ਜਾਂ ਡੈਂਟਿਸਟ ਨੂੰ ਆਪਣੇ ਆਪ ਨੂੰ ਸਮੇਂ ਦੇ ਹਿਸਾਬ ਨਾਲ ਅਪਗ੍ਰੇਡ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਟੈਕਨੋਲੋਜੀ ਜਦੋਂ ਅਸੀਂ ਪ੍ਰੈਕਟਿਸ ਸ਼ੁਰੂ ਕੀਤੀ ਸੀ, 28 ਸਾਲ ਪਹਿਲਾਂ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਸੀ ਪੰਚਕੂਲਾ ਵਿੱਚ, ਅਤੇ ਤਾਂ ਦੀ ਉਹ ਰਾਜਤੀ ਡੈਂਟਿਸਟੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਗਿਆ ਹੈਗਾ, ਔਰ ਉਹਦੇ ਵਾਸਤੇ ਅਸੀਂ ਟਾਈਮ ਟੂ ਟਾਈਮ, ਮਤਲਬ ਕੋਈ ਐਸਾ ਸਮਾਂ ਸੀ ਸ਼ੁਰੂ ਸ਼ੁਰੂ ਤਾਂ ਅਸੀਂ ਹਰ ਮਹੀਨੇ ਕੋਈ ਨਾ ਕੋਈ ਕੋਰਸਿਸ ਵਗੈਰਾ ਕਰਨ ਵਾਸਤੇ ਜਾਂਦੇ ਹੁੰਦੇ ਸੀਗੇ, ਤਾਂ ਕਿ ਆਪਣੇ ਆਪ ਨੂੰ ਬਿਲਕੁਲ ਅਪ ਟੂ ਡੇਟ ਰੱਖਿਆ ਜਾਏ। ਹੁਣ ਵੀ ਇਹ ਹੈ ਕਿ ਸਾਲ ਵਿੱਚ 2-3-4 ਕਾਨਫਰੰਸਿਸ, ਕੋਰਸਿਸ ਆਪ ਵੀ ਕਰਦੇ ਹਾਂ, ਲੋਕਾਂ ਨੂੰ ਵੀ ਪੜ੍ਹਾਉਂਦੇ ਹਾਂ, ਉਹਦੇ ਨਾਲ ਈਵਨ ਲੋਕਾਂ ਨੂੰ ਪੜ੍ਹਾਉਣ ਦਾ ਵੀ, ਜਿਵੇਂ ਬੱਚਿਆਂ ਨੂੰ ਆਪਾਂ ਪੜ੍ਹਾਈਦਾ ਹੈਗਾ ਜਾਂ ਡਾਕਟਰਸ ਨੂੰ ਦੇ ਕੋਰਸਿਸ ਕੰਡਕਟ ਕਰਦੇ ਹੈਗੇ ਹਾਂ, ਉਹਦੇ 'ਚ ਵੀ ਸਾਨੂੰ ਆਪਣੀ ਨੌਲੇਜ ਵੀ ਵਧਦੀ ਹੈਗੀ, ਅਤੇ ਉਸ ਪ੍ਰੋਸੈਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਇਵੋਲਵ ਕੀਤਾ ਹੈਗਾ ਵਿਦ ਪੈਸੇਜ ਆਫ ਟਾਈਮ। ਜਦੋਂ ਆਪਾਂ ਪ੍ਰੈਕਟਿਸ ਸ਼ੁਰੂ ਕੀਤੀ ਸੀ ਔਰ ਹੁਣ ਤੱਕ ਜਿਹੜਾ ਹੈ ਅਸੀਂ ਲੇਟੈਸਟ ਟੈਕਨੋਲੋਜੀ ਨੂੰ ਇਨਕੋਰਪੋਰੇਟ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਪ੍ਰੈਕਟਿਸ ਦੇ ਵਿੱਚ। ਅਗਰ ਤੁਸੀਂ ਦੇਖੋ ਤਾਂ ਜਿਹੜੀ ਚੀਜ਼ ਇੰਡੀਆ ਵਿੱਚ ਸਭ ਤੋਂ ਪਹਿਲਾਂ ਆਈ ਹੈਗੀ ਹੈ ਉਹ ਸੰਜੇ ਕਾਲਰਾ ਦੇ ਕਲੀਨਿਕ ਵਿੱਚ ਪਹਿਲਾਂ ਆਈ ਹੈਗੀ ਹੈ, ਲਾਈਕ ਇਮਪਲਾਂਟ ਸੀਗੇ ਇੰਡੀਆ ਵਿੱਚ ਇੰਟਰੋਡਿਊਸ ਹੋਏ, ਅਸੀਂ ਸਭ ਤੋਂ ਪਹਿਲਾਂ ਸੀਗੇ ਜਿਹੜੇ ਇਮਪਲਾਂਟਸ ਕਰਨ ਵਾਲੇ ਬੰਦਿਆਂ ਵਿੱਚੋਂ ਸੀਗੇ। ਇੰਡੀਆ ਦੇ ਵਿੱਚ ਲੇਜ਼ਰ ਇੰਟਰੋਡਿਊਸ ਹੋਇਆ ਡੈਂਟਿਸਟਰੀ ਦੇ ਵਿੱਚ, ਅਸੀਂ ਲੇਜ਼ਰ ਮਸ਼ੀਨ ਲੈ ਲਈ, ਸਭ ਤੋਂ ਪਹਿਲਾਂ ਉਹ ਕੰਮ ਕਰਨਾ ਸ਼ੁਰੂ ਕਰਤਾ। ਈਵਨ ਇਮਪਲਾਂਟਸ ਦੇ ਵਿੱਚ ਜਿਹੜੀ ਟੈਕਨੋਲੋਜੀ ਹੈ, ਕਲੀਨੀਸ਼ੀਅਨ ਪ੍ਰੋਗਰਾਮ, ਗਾਈਡਿਡ ਸਰਜਰੀ, ਇਹ ਵੀ ਆਪਾਂ ਪਹਿਲਾਂ, ਸਭ ਤੋਂ ਪਹਿਲਾਂ ਅਸੀਂ ਪਾਇਨੀਅਰ ਸੀਗੇ ਜਿਹੜਾ ਨੇ ਇੱਥੇ ਆਲ ਓਵਰ ਇੰਡੀਆ ਵਿੱਚ ਆਪਾਂ ਸ਼ੁਰੂ ਕੀਤਾ। ਈਵਨ ਦ ਕੈਟ ਕੈਮ ਟੈਕਨੋਲੋਜੀ ਹੈ ਜਿਹਦੇ 'ਚ ਅਸੀਂ ਨਾਲ ਦੇ ਨਾਲ ਤੁਹਾਡੇ ਕਰਾਊਨ ਕਟਿੰਗ ਕਰਕੇ ਅਤੇ ਉਹਦੀ ਆਪਟੀਕਲ ਸਕੈਨਿੰਗ ਕਰ ਲੈਂਦੇ ਹੈਗੇ ਹਾਂ, ਔਰ ਨਾਲ ਦੇ ਨਾਲ ਉਹਦੀ ਇੱਕ ਸੋਲਿਡ ਬਲੋਕ ਆਫ ਸਿਰਾਮਿਕ ਤੋਂ ਅਸੀਂ ਮਿਲਿੰਗ ਕਰਕੇ ਮੈਟਲ ਫਰੀ ਕਰਾਊਨ ਦੇ ਦਿੰਦੇ ਹਾਂ। ਉਹ ਟੈਕਨੋਲੋਜੀ ਆਲਦੋ ਐਕਸਪੈਂਸਿਵ ਟੈਕਨੋਲੋਜੀ ਸੀ, ਬਟ ਮੈਂ ਇੰਡੀਆ ਦਾ ਪਹਿਲਾ ਬੰਦਾ ਜਿਹਨੇ ਕਿ ਉਹ ਟੈਕਨੋਲੋਜੀ ਆਪਣੇ ਕਲੀਨਿਕ ਵਿੱਚ ਇਨਕੋਰਪੋਰੇਟ ਕੀਤੀ, ਔਰ ਉਸ ਤੋਂ ਬਾਅਦ 10 ਸਾਲਾਂ ਦੇ ਬਾਅਦ ਉਸਨੂੰ ਯੂਜ਼ ਕਰਨ ਤੋਂ ਬਾਅਦ ਉਹਦੀ ਜਿਹੜੀ ਲੇਟੈਸਟ ਮਸ਼ੀਨ ਹੈ ਹੁਣ ਪਿਛਲੇ 2 ਸਾਲਾਂ 'ਚ ਮੈਂ ਆਪਣੀ ਪ੍ਰੈਕਟਿਸ ਵਿੱਚ ਇਨਕੋਰਪੋਰੇਟ ਕੀਤੀ। ਅਤੇ ਇਹ ਬੇਸਿਕਲੀ ਕਲੀਨਿਕਲ ਪ੍ਰੈਕਟਿਸ ਦੇ ਵਿੱਚ ਟੈਕਨੋਲੋਜੀ ਨੂੰ ਅਪਗ੍ਰੇਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਡੈਂਟਿਸਟਰੀ ਦੇ ਵਿੱਚ ਖਾਸ ਕਰ ਟੈਕਨੋਲੋਜੀ ਵਿੱਚ ਕਾਫੀ ਜ਼ਿਆਦਾ ਬਦਲਾਵ ਆਇਆ ਹੈਗਾ, ਔਰ ਅਗਰ ਅਸੀਂ ਉਸ ਚੀਜ਼ ਨੂੰ ਨਾ ਕਰੀਏ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ। ਸੋ ਬੇਸਿਕਲੀ ਇਹੀ ਕਾਰਨ ਹੈ ਕਿ ਸਾਡੀ ਜਿਹੜੀ ਪ੍ਰੈਕਟਿਸ ਹੈਗੀ ਹੈ ਇੱਕ ਨਿਸ਼ ਪ੍ਰੈਕਟਿਸ ਹੈ ਜਿਹਦੇ 'ਚ ਕਿ ਸਭ ਲੋਕਾਂ ਤੋਂ ਅਲੱਗ ਥਲੱਗ ਪ੍ਰੈਕਟਿਸ ਹੈ, ਕਿਉਂਕਿ ਸਭ ਨੂੰ ਪਤਾ ਹੈ ਕਿ ਜਦੋਂ ਅਸੀਂ ਸਾਡੇ ਕਲੀਨਿਕ, ਕੋਈ ਸਾਡੇ ਕਲੀਨਿਕ ਆਏਗਾ ਤਾਂ ਪੂਰੇ ਵਿਸ਼ਵਾਸ ਨਾਲ ਆਏਗਾ ਕਿ ਇੱਥੇ ਖਾਲੀ ਪ੍ਰੈਕਟਿਸ ਐਥੀਕਲ ਪ੍ਰੈਕਟਿਸ ਹੁੰਦੀ ਹੈ, ਔਰ ਨਾਲੇ ਲੇਟੈਸਟ ਟੈਕਨੋਲੋਜੀ ਉਹਨਾਂ ਦੇ ਕੰਮ ਵਾਸਤੇ, ਦੰਦਾਂ ਦੇ ਕੰਮ ਵਾਸਤੇ ਯੂਜ਼ ਹੋਏਗੀ। ਸੋ ਇਹਦੇ ਚੀਜ਼ਾਂ ਨਾਲ ਇਸ ਤੋਂ ਉੱਪਰ ਇੱਕ ਹੋਰ ਚੀਜ਼ ਹੁੰਦੀ ਹੈ ਕਿ ਤੁਸੀਂ ਵਿਜ਼ਨ ਲੈ ਕੇ ਚੱਲੋ ਕਿ ਤੁਸੀਂ ਜੋ ਕੰਮ ਕਰਨਾ ਹੈਗਾ ਤੁਸੀਂ ਆਪਣੇ ਆਪ ਨੂੰ, ਆਪਣਾ ਫਿਊਚਰ ਦੇਖ ਕੇ ਚੱਲੋ ਕਿ ਅਸੀਂ ਕੱਲ੍ਹ ਨੂੰ ਆਪਣੇ ਆਪ ਨੂੰ ਕਿੱਥੇ ਰੱਖਣਾ ਚਾਹੁੰਦੇ ਹਾਂ।
ਹੁਣ ਇੱਕ ਮੈਂ ਆਪਣੀ ਪ੍ਰੈਕਟਿਸ ਇੱਕ ਸਿੰਗਲ ਡੈਂਟਲ ਚੇਅਰ ਤੋਂ ਸ਼ੁਰੂ ਕੀਤੀ ਸੀਗੀ, ਜਿਹਦੇ 'ਚ ਆਪਾਂ ਇੱਕ ਬਰਾਮਦੇ ਨੂੰ ਕਵਰ ਕੀਤਾ ਸੀਗਾ ਵੇਟਿੰਗ ਏਰੀਆ ਬਣਾਉਣ ਵਾਸਤੇ ਮੇਰੇ ਘਰ ਵਿੱਚ, ਅਤੇ ਉਹ ਅਪਗ੍ਰੇਡ ਕਰਦੇ ਕਰਦੇ ਕਿਉਂਕਿ ਸਾਨੂੰ ਵਿਜ਼ਨ ਸੀਗਾ ਕਿ ਅਸੀਂ ਇੱਕ ਪ੍ਰੈਕਟਿਸ ਵੱਡੀ ਰੱਖਣੀ ਹੈਗੀ ਹੈ ਔਰ ਅੱਛੀ ਪ੍ਰੈਕਟਿਸ ਰੱਖਣੀ ਹੈ, ਤਾਂ ਅਸੀਂ ਗ੍ਰੈਜੂਅਲੀ ਕਰਕੇ 4 ਯੂਨਿਟਸ ਵਾਲੀ ਪ੍ਰੈਕਟਿਸ ਕੀਤੀ। ਹੁਣ ਮੇਰੇ ਕਲੀਨਿਕ ਦੇ ਵਿੱਚ 12 ਯੂਨਿਟਸ ਨੇ। ਸਾਡੀ ਆਪਣੀ ਸਮਾਈਲ ਡੈਂਟਲ ਵੈਨ ਹੈਗੀ ਹੈ ਜਿਹਦੇ 'ਚ ਅਸੀਂ ਈਵਨ ਜਾ ਕੇ ਗਰੀਬ ਲੋਕਾਂ ਦਾ ਇਲਾਜ ਵੀ ਫਰੀ ਆਫ ਕੋਸਟ ਕਰਦੇ ਹੈਗੇ ਹਾਂ, ਸਲਮ ਏਰੀਆਜ਼ ਜਾ ਕੇ, ਔਰਫਨੇਜਿਸ ਵਿੱਚ ਜਾ ਕੇ। ਪਲੱਸ ਜਿਹੜੀ ਹੁਣ ਦੀ ਪ੍ਰੈਕਟਿਸ ਹੈ ਉਹਦੇ 'ਚ ਸਾਡੇ ਕੋਲ ਲੇਟੈਸਟ ਇਕਵਿਪਮੈਂਟ ਔਰ ਮਸ਼ੀਨਰੀ, ਈਵਨ ਸਾਡੀ ਆਪਣੀ ਇਨਹਾਊਸ ਲੈਬ ਵੀ ਆਪਣੇ ਕੋਲ ਹੈਗੀ ਹੈ। ਇਹ ਸਾਰਾ ਉਸ ਵਿਜ਼ਨ ਦਾ ਹੀ ਕਮਾਲ ਹੈ ਜਿਹੜਾ ਅਸੀਂ ਪਹਿਲਾਂ ਅੱਜ ਤੋਂ 28 ਸਾਲ ਪਹਿਲਾਂ ਸੋਚਿਆ ਸੀਗਾ ਕਿ ਅਸੀਂ ਇਹ ਕਰਨਾ ਚਾਹੁੰਦੇ ਹਾਂ, ਉਹ ਗ੍ਰੈਜੂਅਲੀ ਉਸ ਚੀਜ਼ ਨੂੰ, ਉਹ ਜਿਹੜਾ ਸੁਪਨਾ ਹੁੰਦਾ ਉਹ ਆਪਾਂ ਉਸ ਚੀਜ਼ ਨੂੰ ਅਚੀਵ ਕਰ ਲੈਂਦੇ ਹਾਂ ਜੇ ਸਾਡੀ ਵਿਜ਼ਨ ਹੈਗੀ ਹੈ। ਅਸਰ ਕੋਈ ਸਮਾਂ ਸੀਗਾ ਜਿਹੜੀਆਂ ਟੈਕਨੀਕਸ ਵੱਧਦੀਆਂ ਗਈਆਂ, ਕੋਈ ਸਮਾਂ ਸੀਗਾ ਕਿ ਬੜੀ ਟਾਈਮ ਦਾ ਜਿਹੜਾ ਹੈਗਾ ਬੜਾ ਫੈਕਟਰ ਸੀਗਾ ਕਿ ਬੰਦੇ ਨੂੰ 4-4 ਸੈਟਿੰਗਸ ਰੂਟ ਕਨਾਲ ਕਰਾਉਣੀ ਹੈ ਜਾਂ ਕੋਈ ਹੋਰ ਵੀ ਕੋਈ ਵੀ ਪ੍ਰੋਸੀਜਰ ਲੈਣਾ ਦੰਦਾਂ ਦਾ, ਲੇਕਿਨ ਅੱਜ ਕੱਲ੍ਹ ਤੁਸੀਂ ਉਹਨੂੰ ਬੜੀ ਆਸਾਨੀ ਦੇ ਨਾਲ ਸਿੰਗਲ ਸੈਟਿੰਗਸ ਤੱਕ ਹੀ ਕਰਤਾ, ਉਹਦੇ ਬਾਰੇ ਦੱਸੋ ਵੀ ਇਹ ਸਾਰਾ ਮਸ਼ੀਨਰੀ ਦਾ ਕਮਾਲ ਆ ਕਿ ਨਾਲ ਆਪਣਾ ਵੀ ਜਿਹੜਾ ਹੈਗਾ ਟੈਕਿੰਗ ਹੈਂਡ। ਦੇਖੋ ਉਹੀ ਹੈ ਟੈਕਨੋਲੋਜੀ ਦਾ ਤਾਂ ਇਸ ਤਰ੍ਹਾਂ ਹੀ ਹੈ ਕਿ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਹੈ। ਤੁਸੀਂ ਰੂਟ ਕਨਾਲ ਟ੍ਰੀਟਮੈਂਟ ਦੀ ਵੀ ਗੱਲ ਕਰ ਲਓ, ਅਸੀਂ ਵੀ ਜਦੋਂ ਰੂਟ ਕਨਾਲ ਟ੍ਰੀਟਮੈਂਟ ਅੱਜ ਤੋਂ ਕਈ ਸਾਲ ਪਹਿਲਾਂ ਕਰਦੇ ਸੀਗੇ, ਕਈ ਵਾਰ 5-6 ਸਿਟਿੰਗਸ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ, ਪਰ ਹੁਣ ਅੱਜ ਦੀ ਡੇਟ ਵਿੱਚ ਨੋਰਮਲੀ ਮਿਨੀਮਮ 3 ਸਿਟਿੰਗਸ ਦੇ ਵਿੱਚ ਰੂਟ ਕਨਾਲ, ਮੈਕਸੀਮਮ ਕਹਾਂਗੇ 3 ਸਿਟਿੰਗਸ ਦੇ ਵਿੱਚ ਰੂਟ ਕਨਾਲ ਖਤਮ ਹੋ ਜਾਂਦਾ ਹੈਗਾ, ਔਰ ਸਿੰਗਲ ਸਿਟਿੰਗ ਰੂਟ ਕਨਾਲ ਪ੍ਰੋਸੀਜਰ ਵੀ ਪੋਸੀਬਲ ਹੈ। ਹਾਲਾਂਕਿ ਸਿੰਗਲ ਸਿਟਿੰਗ ਰੂਟ ਕਨਾਲ ਪ੍ਰੋਸੀਜਰ ਹਰ ਕਿਸੇ ਪੇਸ਼ੈਂਟ ਵਾਸਤੇ ਕਾਮਯਾਬ ਨਹੀਂ ਹੁੰਦਾ ਜਾਂ ਇੰਡੀਕੇਟਿਡ ਨਹੀਂ ਹੁੰਦਾ ਹੈਗਾ, ਉਹ ਹਰ ਇੱਕ ਸਿਲੈਕਟਿਡ ਕੇਸਿਸ ਵਿੱਚ ਕੀਤਾ ਜਾਂਦਾ ਹੈਗਾ, ਬਟ ਫਿਰ ਵੀ ਇਹ ਪੋਸੀਬਿਲਿਟੀ ਹੁਣ ਬਿਕੋਜ਼ ਆਫ ਟੈਕਨੋਲੋਜੀ ਔਰ ਰਿਸਰਚ, ਦੋਨੋਂ ਚੀਜ਼ਾਂ ਮੈਂ ਕਹਾਂਗਾ, ਨੋਟ ਓਨਲੀ ਟੈਕਨੋਲੋਜੀ, ਰਿਸਰਚ ਜਿਹੜੀ ਹੈਗੀ ਹੈ ਉਸ ਦੇ ਹਿਸਾਬ ਨਾਲ ਵੀ ਸਾਡੇ ਜਿਹੜੇ ਟ੍ਰੀਟਮੈਂਟਸ ਨੇ ਉਹ ਦਿਨ ਬ ਦਿਨ ਹੋਰ ਆਸਾਨ ਹੋਈ ਜਾ ਰਹੇ ਹੈਗੇ ਹੈ, ਲੈੱਸ ਟਾਈਮ ਕੰਜ਼ਿਊਮਿੰਗ ਹੋ ਰਿਹਾ। ਜਿੱਦਾਂ ਹੁਣ ਇਮਪਲਾਂਟਸ ਦਾ ਸੀਗਾ, ਪਹਿਲਾਂ ਹੁੰਦਾ ਸੀਗਾ ਅਸੀਂ ਇਮਪਲਾਂਟਸ ਪਹਿਲੇ ਦੰਦ ਕੱਢਦੇ ਸੀਗੇ, 2-3 ਮਹੀਨਾ ਵੇਟ ਕਰਦੇ ਸੀਗੇ, ਉਸ ਤੋਂ ਬਾਅਦ ਫਿਰ ਇਮਪਲਾਂਟ ਲਗਾਇਆ ਜਾਂਦਾ ਸੀਗਾ, ਉਸ ਤੋਂ ਬਾਅਦ ਫਿਰ 3-4 ਮਹੀਨੇ ਵੇਟ ਕੀਤਾ ਜਾਂਦਾ ਸੀਗਾ, ਫਿਰ ਦੰਦ ਲਾਉਣ ਵਿੱਚ ਫਿਰ 1 ਮਹੀਨਾ ਕੁ ਲੱਗ ਜਾਂਦਾ ਸੀਗਾ, ਤਾਂ ਟੋਟਲ ਮਿਲਾ ਕੇ 6 ਮਹੀਨੇ ਤੋਂ ਲੈ ਕੇ ਸਾਲ ਤੱਕ ਸਾਡਾ ਦੰਦ ਲਾਉਣ 'ਚ ਲੱਗ ਜਾਂਦਾ ਸੀਗਾ। ਬਟ ਅੱਜ ਦੀ ਡੇਟ ਵਿੱਚ ਜਿਹੜੀ ਲੇਟੈਸਟ ਰਿਸਰਚ ਹੈ ਔਰ ਲੇਟੈਸਟ ਟੈਕਨੀਕਸ ਹੈਗੀਆਂ, ਲੇਟੈਸਟ ਇਕਵਿਪਮੈਂਟ ਹੈ, ਉਹਦੇ ਨਾਲ ਅਸੀਂ ਦੰਦ ਕੱਢ ਕੇ ਨਾਲ ਦੇ ਨਾਲ ਇਮਪਲਾਂਟ ਲਗਾ ਦਿੰਦੇ ਹਾਂ, ਨਾਲ ਦੇ ਨਾਲ ਹੀ ਉਹਨੂੰ ਅਸੀਂ ਲੋਡ ਵੀ ਕਰ ਦਿੰਦੇ ਹਾਂ, ਮਤਲਬ ਉਹਦਾ ਜਿਹੜਾ ਕੈਪ ਹੈ ਉਹਨੂੰ ਚੱਬਣ ਲਾਇਕ ਅਸੀਂ ਨਾਲ ਦੇ ਨਾਲ ਬਣਾ ਦਿੰਦੇ ਹਾਂ। ਸੋ ਇਹ ਟੈਕਨੋਲੋਜੀ ਦਾ ਕਮਾਲ ਹੈ, ਨਾਲੇ ਰਿਸਰਚ ਦਾ ਕਮਾਲ ਹੈ। ਸੋ ਇਹਨਾਂ ਦੋਵਾਂ ਚੀਜ਼ਾਂ ਦਾ ਜੋੜ ਮੈਂ ਕਹਾਂਗਾ ਹੈ ਜਿਹਨੇ ਕਿ ਡੈਂਟਿਸਟਰੀ ਨੂੰ ਬਹੁਤ ਐਡਵਾਂਸਡ ਔਰ ਲੋਕਾਂ ਵਾਸਤੇ ਸਿੰਪਲ ਵੀ ਕਰਤਾ ਹੈਗਾ, ਟਾਈਮ ਵੀ ਇਹਦੇ 'ਚ ਘੱਟ ਲੱਗਦਾ ਔਰ ਗ੍ਰੈਜੂਅਲੀ ਹਰ ਸਾਰੇ ਪ੍ਰੋਸੀਜਰਸ ਹੁਣ ਪੇਨਲੈਸ ਹੋਣੇ ਹੋ ਗਏ ਹੈਗੇ। ਅੰਡਰ ਸਾਹਿਬ 28 ਸਾਲ ਪਹਿਲਾਂ ਵਾਲਾ ਜਿਹੜਾ ਸਿਸਟਮ ਸੀਗਾ ਉਸ ਟਾਈਮ 'ਤੇ ਆਪਾਂ ਸੋਚਦੇ ਹੁੰਦੇ ਸੀ ਸਾਰੇ, ਆਪਾਂ ਨੂੰ ਵੀ ਇਹ ਲੱਗਦਾ ਹੁੰਦਾ ਸੀ ਜਿਵੇਂ ਜਿਵੇਂ ਬੁਢਾਪਾ ਆਈ ਜਾਏਗਾ ਦੰਦ ਜਿਹੜੇ ਨਿਕਲੀ ਜਾਣਗੇ ਔਰ ਬੰਦੇ ਦੇ ਜਿਹੜੇ ਹੈਗੇ ਆਪਾਂ ਨੂੰ ਆਪਣਾ ਜਿਹੜਾ ਫਿਊਚਰ ਇੱਦਾਂ ਦਾ ਲੱਗਦਾ ਹੁੰਦਾ ਸੀਗਾ, ਲੇਕਿਨ ਅੱਜ ਕੱਲ੍ਹ ਤਾਂ ਤੁਸੀਂ 90-90 ਸਾਲ ਦੇ 95-100 ਸਾਲ ਦੇ ਬੰਦਿਆਂ ਦੀ ਅੰਦਰ ਸਮਾਈਲਾਂ ਬਣਾ ਰਹੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਉਹ ਪੁਰਾਣਾ ਕੋਨਸੈਪਟ ਜਿਹੜਾ ਸੀਗਾ ਕਿ ਅਸੀਂ ਜਿੱਦਾਂ ਆਦਮੀ ਬਜ਼ੁਰਗ ਹੁੰਦਾ ਅਤੇ ਦੰਦ ਸਾਰੇ ਨਿਕਲ ਜਾਣੇ ਹੈਗੇ, ਜਿੱਦਾਂ ਬਾਲ ਚਿੱਟੇ ਹੋਣੇ ਉੱਦਾਂ ਦੰਦ ਵੀ ਨਿਕਲਣੇ ਹੈਗੇ, ਤਾਂ ਸਾਡੇ ਕਿਉਂਕਿ ਐਜੂਕੇਸ਼ਨ ਲੈਵਲ ਸਾਡੀ ਜਨਰਲ ਪਾਪੂਲੇਸ਼ਨ ਦਾ ਓਨਾ ਹੀ ਸੀਗਾ, ਰਾਧਾ ਮੈਂ ਕਹਾਂਗਾ ਹਾਲੇ ਵੀ ਪਿੰਡਾਂ ਵਿੱਚ ਉਹੀ ਮਾਨਤਾ ਰਹਿੰਦੀ ਹੈ ਕਿ ਚਲੋ ਜੀ ਹੁਣ ਤਾਂ ਆਪਾਂ 50 ਸਾਲ ਦੇ ਹੋ ਗਏ ਦੰਦ ਨਿਕਲਣੇ ਸ਼ੁਰੂ ਹੋ ਜਾਣੇ ਹੈਗੇ, ਔਰ ਉਹ ਮਰੀਜ਼ ਵੀ ਉਹੀ ਕਰਦਾ ਹੈਗਾ ਦੰਦ ਵਿੱਚ ਦਰਦ ਹੋਇਆ ਉਹਨੇ ਬਚਾਉਣਾ ਨਹੀਂ ਹੈਗਾ ਉਹਨੂੰ, ਉਹ ਕਹਿ ਚਲੋ ਜੀ ਮੈਂ ਕਢਾ ਦਿੰਦਾ। ਮੈਂ ਤਾਂ ਮਰੀਜ਼ਾਂ ਨੂੰ ਇਹ ਕਹਿੰਦਾ ਕਿ ਰੱਬ ਨੇ ਗਲਤੀ ਕੀਤੀ, ਤੁਹਾਨੂੰ 32 ਦੰਦ ਦੇ ਕੇ 2 ਦੰਦ ਅੱਖਾਂ ਦੀ ਤਰ੍ਹਾਂ ਦੇਣੇ ਚਾਹੀਦੇ ਸੀਗੇ ਜਿਹਦੇ ਨਾਲ ਤੁਹਾਡੇ ਤੁਹਾਨੂੰ ਉਹਨਾਂ ਦੀ ਵੈਲਿਊ ਪਤਾ ਲੱਗਦੀ। ਬਟ ਫਿਰ ਵੀ ਅੱਜ ਕੱਲ੍ਹ ਮੈਜੋਰਿਟੀ ਆਫ ਜਿਹੜੇ ਸਿਟੀ ਪਾਪੂਲੇਸ਼ਨ ਹੈ, ਮੈਂ ਸਿਟੀ ਪਾਪੂਲੇਸ਼ਨ ਦੀ ਗੱਲ ਕਰ ਰਿਹਾ, ਉਹ ਅੱਜ ਕੱਲ੍ਹ ਦੰਦਾਂ ਦੀ ਅਹਿਮੀਅਤ ਨੂੰ ਮੰਨਦੇ ਹੈਗੇ ਹੈ ਔਰ ਦੰਦਾਂ ਨੂੰ ਬਚਾਉਣ ਦੇ ਜਿਹੜੇ ਤਰੀਕੇ ਹੈਗੇ ਹੈ ਉਹਨਾਂ ਨੂੰ ਉਹ ਅਖਤਿਆਰ ਕਰਦੇ ਹੈ, ਉਹਨਾਂ ਨੂੰ ਉਹਦੇ ਵਾਸਤੇ ਪੈਸਾ ਵੀ ਖਰਚ ਕਰਦੇ ਹੈ ਤਾਂ ਕਿ ਉਹਨਾਂ ਦੇ ਦੰਦ ਬਚੇ ਰਹਿਣ। ਤਾਂ ਹੁਣ ਅੱਜ ਦੀ ਡੇਟ ਵਿੱਚ ਦੰਦ ਜਿਹੜੇ ਹੈ ਪੇਸ਼ੈਂਟ 90-95 ਸਾਲ ਦਾ ਵੀ ਹੋ ਜਾਂਦਾ ਹੈਗਾ, ਤਾਂ ਵੀ ਉਹ ਕਹਿੰਦੇ ਨਹੀਂ ਮੇਰੇ ਅਸਲੀ ਦੰਦ ਹੀ ਰਹਿਣ ਤਾਂ ਚੰਗਾ, ਔਰ ਅਸਲੀ ਦੰਦਾਂ ਵਰਗਾ ਕੁਛ ਨਹੀਂ ਹੁੰਦਾ ਹੈਗਾ,
ਚਾਹੇ ਜਿੰਨਾ ਮਰਜ਼ੀ ਅਸੀਂ ਐਡਵਾਂਸ ਟੈਕਨੋਲੋਜੀ ਦੀ ਗੱਲ ਕਰ ਲਈਏ, ਜਿੰਨਾ ਮਰਜ਼ੀ ਅਸੀਂ ਕਹੀਏ ਕਿ ਅਸੀਂ ਤੁਹਾਨੂੰ ਚੰਗੇ ਤੋਂ ਚੰਗੇ ਦੰਦ ਲਗਾ ਦਿਆਂਗੇ, ਬਟ ਜਿਹੜਾ ਰੱਬੋਂ ਦਿੱਤਾ ਹੋਇਆ ਅਸਲੀ ਦੰਦ ਉਹਦਾ ਅਸੀਂ ਕਦੇ ਵੀ ਕੰਪੈਰੀਜ਼ਨ ਨਹੀਂ ਕਰ ਸਕਦੇ। ਇਸੇ ਕਰਕੇ ਸਾਡੀ ਜਿਹੜੀ ਆਡੈਂਟਿਸਟੀ ਹੈ ਜਾਂ ਸਾਡਾ ਆਪਣਾ ਅਸੂਲ ਹੈ ਕਿ ਜਿਹੜੇ ਤੁਹਾਡੇ ਅਸਲੀ ਦੰਦ ਹੈ ਉਹਨਾਂ ਨੂੰ ਪਹਿਲਾਂ ਬਚਾਇਆ ਜਾਏ, ਜੇ ਬਾਏ ਚਾਂਸ ਉਹ ਬਚ ਨਹੀਂ ਸਕਦੇ ਤਾਂ ਹੀ ਉਹਨਾਂ ਨੂੰ ਕੱਢ ਕੇ ਅਤੇ ਦੂਜੇ ਦੰਦ ਲਾਏ ਜਾਣ। ਅਤੇ ਇਸੇ ਕਰਕੇ ਮੈਜੋਰਿਟੀ ਆਫ ਪਾਪੂਲੇਸ਼ਨ ਹੁਣ ਜਿਹੜੀ ਹੈ ਸਿਟੀ ਪਾਪੂਲੇਸ਼ਨ, ਉਹਨਾਂ ਦੇ ਆਪਣੇ ਅਸਲੀ ਦੰਦ ਵੀ ਹੈਗੇ ਹੈ ਜਾਂ ਉਹਨਾਂ ਦੇ ਪੱਕੇ ਦੰਦ ਵੀ ਹੈਗੇ ਹੈ, ਮਤਲਬ ਉਤਾਰਨ ਚੜ੍ਹਾਉਣ ਵਾਲੇ ਨਹੀਂ ਤਾਂ ਫਿਕਸ ਦੰਦ ਹੈਗੇ ਹੈ, ਜਿਹਦੇ ਨਾਲ ਉਹ ਆਪਣਾ ਖਾਣੇ ਦਾ ਸਵਾਦ ਔਰ ਉਹਨਾਂ ਦੇ ਚਬਾਉਣ ਦੀ ਸ਼ਕਤੀ ਜਿਹੜੀ ਹੈ ਉਹ ਪੂਰੀ ਤਰੀਕੇ ਨਾਲ ਇੰਜੋਏ ਕਰਦੇ। ਸਭ ਬੱਚਿਆਂ ਦੀ ਅਗਰ ਆਪਾਂ ਗੱਲ ਕਰੀਏ ਕਿ ਉਹ ਵਾਲਾ ਜ਼ਮਾਨਾ ਪਹਿਲਾਂ ਜਿੱਦਾਂ ਆਪਾਂ ਲੋਕ ਸਖ਼ਤ ਚੀਜ਼ਾਂ ਖਾਂਦੇ ਸੀਗੇ, ਅਖਰੋਟ ਭੰਨਣੇ, ਮੂੰਹ ਦੇ ਨਾਲ ਗੰਨੇ ਚੁੱਪਣੇ, ਹੋਰ ਜਿਹੜੀਆਂ ਚੀਜ਼ਾਂ ਸੀਗੀਆਂ, ਲੇਕਿਨ ਅੱਜ ਦੇ ਜਿਹੜੇ ਬੱਚੇ ਆ ਉਹਨਾਂ ਨੇ ਜੰਕ ਫੂਡਸ, ਪੀਜ਼ੇ, ਬਰਗਰ, ਸਟਿੱਕੀ ਫੂਡਸ, ਇੱਕ ਇਰਾ ਹੀ ਚੇਂਜ ਹੋ ਚੁੱਕਿਆ ਹੈਗਾ। ਉਹਦੇ ਨਾਲ ਕਿੱਦਾਂ ਤੁਸੀਂ ਸੋਚਦੇ ਹੋ ਕਿ ਆਉਣ ਵਾਲੇ ਸਮੇਂ 'ਚ ਦੰਦ ਬਚਾਉਣ ਦੇ ਲਈ ਬੱਚਿਆਂ ਦੇ ਆਪਾਂ, ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਬੱਚਿਆਂ ਦਾ ਤੁਹਾਡੇ ਕੋਲ ਬਹੁਤ ਜ਼ਿਆਦਾ ਕੇਸ ਜਿਹੜੇ ਹੈਗੇ, ਵੱਡਿਆਂ ਦੇ ਬਰਾਬਰ ਹੀ ਬੱਚਿਆਂ ਦੇ ਕੇਸ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ, ਕੀ ਗੱਲ ਹੈ? ਬੇਸਿਕਲੀ ਜੀ ਬਹੁਤ ਜ਼ਿਆਦਾ ਫਰਕ ਪਿਆ ਹੈਗਾ, ਸਾਡਾ ਜਿਹੜਾ ਫੂਡ ਹੈਬਿਟਸ ਨੇ ਉਹ ਵੈਸਟਰਨਾਈਜ਼ ਹੋ ਗਈਆਂ ਬਹੁਤ ਜ਼ਿਆਦਾ, ਜੰਕ ਫੂਡ ਬੱਚੇ ਕਿ ਹੁਣ ਅਡਲਟਸ ਵੀ ਬਹੁਤ ਜ਼ਿਆਦਾ ਖਾਂਦੇ ਹੈ, ਪੀਜ਼ਾ, ਬਰਗਰ, ਨੂਡਲਸ, ਚੋਕਲੇਟਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰਿਫਾਈਨਡ ਕਾਰਬੋਹਾਈਡਰੇਟ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਇਹਨਾਂ ਦੀ ਇਨਟੇਕ ਜ਼ਿਆਦਾ ਹੋ ਗਈ ਹੈ, ਔਰ ਜਿਹੜੇ ਫਾਈਬਰਸ ਫੂਡਸ ਨੇ ਲਾਈਕ ਫਰੂਟਸ, ਸੈਲਡਸ ਵਗੈਰਾ, ਇਹਨਾਂ ਦਾ ਇਨਟੇਕ ਘੱਟ ਹੋ ਗਿਆ ਹੈਗਾ। ਅਤੇ ਉਸ ਕਰਕੇ ਬੱਚਿਆਂ ਦੇ ਜਾਂ ਫੋਰ ਦੈਟ ਮੈਟਰ ਯੰਗ ਅਡਲਟਸ ਦੇ ਵੀ ਜਿਹੜੇ ਦੰਦ ਹੈਗੇ ਆ ਉਹਨਾਂ 'ਚ ਕੀੜਾ ਲੱਗਣਾ ਜ਼ਿਆਦਾ ਹੋ ਗਿਆ ਸ਼ੁਰੂ, ਔਰ ਉਹਨਾਂ ਨੂੰ ਜ਼ਿਆਦਾ ਇਲਾਜ ਦੀ ਲੋੜ ਪੈਂਦੀ ਹੈ ਕਾਫੀ ਛੋਟੀ ਉਮਰ ਤੋਂ ਹੀ। ਤਾਂ ਉਸ ਚੀਜ਼ ਵਾਸਤੇ ਸਾਨੂੰ ਇੱਕ ਤਾਂ ਗਰਾਸ ਰੂਟ ਲੈਵਲ, ਮਤਲਬ ਬੱਚਿਆਂ ਦੇ ਬਚਪਨ ਤੋਂ ਹੀ ਸਾਨੂੰ ਉਹਨਾਂ ਦੀਆਂ ਹੈਬਿਟਸ ਜਿਹੜੀਆਂ, ਬ੍ਰਸ਼ਿੰਗ ਹੈਬਿਟਸ ਇੰਪਰੂਵ ਕਰਨ ਦੀ ਲੋੜ ਹੈਗੀ, ਜਿਸ ਤਰ੍ਹਾਂ ਕਿ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਹਮੇਸ਼ਾ ਕਿ ਹਰ ਖਾਣਾ ਖਾਣ ਤੋਂ ਬਾਅਦ ਬ੍ਰਸ਼ ਕਰੋ, ਮਿੱਠਾ ਜੇ ਖਾਓ ਵੀ ਤਾਂ ਉਸ ਤੋਂ ਬਾਅਦ ਬ੍ਰਸ਼ ਕਰੋ, ਵੈਸੇ ਤਾਂ ਅਵੋਇਡ ਹੋਣਾ ਚਾਹੀਦਾ ਹੈਗਾ, ਔਰ ਨਾਲੇ ਫਾਈਬਰਸ ਫੂਡਸ, ਫਰੂਟਸ ਵਗੈਰਾ ਨੂੰ ਆਪਣੀ ਡਾਇਟ ਵਿੱਚ ਇਨਕੋਰਪੋਰੇਟ ਕਰੋ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨਾਲ ਜਿਹੜਾ ਫਿਰ ਜਿਹੜਾ ਕੀਰੀਸ ਪ੍ਰੋਸੈਸ ਹੈ ਜਾਂ ਦੰਦਾਂ ਦੀ ਬਿਮਾਰੀਆਂ ਉਹ ਪ੍ਰੀਵੈਂਟ ਹੋ ਸਕਦੀਆਂ ਹੈਗੀਆਂ। ਬਟ ਡਾਇਟ ਹੈਬਿਟਸ ਜਿਹੜੀਆਂ ਹੈ ਉਹ ਚੇਂਜ ਕਰਨਾ ਜ਼ਰੂਰੀ ਹੈ, ਤਾਂ ਹੀ ਸਾਡੇ ਬਜ਼ੁਰਗਾਂ ਦੇ ਦੰਦ ਨਹੀਂ ਖਰਾਬ ਹੁੰਦੇ ਸੀਗੇ ਕਿਉਂਕਿ ਉਹਨਾਂ ਦਾ ਡਾਇਟ ਪੈਟਰਨ ਜ਼ਿਆਦਾ ਫਾਈਬਰਸ ਸੀਗਾ। ਫਾਈਬਰਸ ਫੂਡਸ ਅਸੀਂ ਖਾਂਦੇ ਹਾਂ ਜਿੱਦਾਂ ਫਰੂਟਸ ਲੈਂਦੇ ਹਾਂ ਜਾਂ ਆਪਾਂ ਸੈਲਡਸ ਵਗੈਰਾ ਲੈਂਦੇ ਹਾਂ, ਉਹਨਾਂ ਦੇ ਨਾਲ ਖਾਣ ਦੇ ਐਕਸ਼ਨ ਦੇ ਨਾਲ ਸਾਡੇ ਦੰਦ ਸਾਫ਼ ਹੁੰਦੇ ਹੈਗੇ, ਉਹ ਕਿਉਂਕਿ ਹੁਣ ਅੱਜ ਦੇ ਬੱਚੇ ਨਹੀਂ ਕਰ ਰਹੇ ਹੈਗੇ, ਇਸ ਕਰਕੇ ਉਹਨਾਂ ਦੇ ਦੰਦ ਜਲਦੀ ਖਰਾਬ ਹੁੰਦੇ। ਅਤੇ ਇਸੇ ਕਰਕੇ ਉਹਨਾਂ ਨੂੰ ਹੈਲਦੀ ਹੈਬਿਟਸ, ਫੂਡ ਹੈਬਿਟਸ ਪਾਉਣਾ ਉਹਨਾਂ ਦੇ ਵਿੱਚ ਬਹੁਤ ਜ਼ਰੂਰੀ ਹੈ, ਔਰ ਨਾਲੇ ਉਹਨਾਂ ਦੀ ਜਿਹੜੀ ਓਰਲ ਹਾਈਜੀਨ ਮੈਜਰਸ ਨੇ, ਰੈਗੂਲਰ ਡੈਂਟਲ ਚੈੱਕਅਪਸ ਵੀ ਜਿਹੜੇ ਹੈ ਉਹ ਜ਼ਿਆਦਾ ਜ਼ਰੂਰੀ ਹੋ ਗਏ ਹੈ, ਜ਼ਿਆਦਾ ਫ੍ਰੀਕੁਐਂਟਲੀ ਹੋਣੇ ਚਾਹੀਦੇ ਹੈ। ਐਂਡ ਸਰ, ਅਗਰ ਆਪਾਂ ਬ੍ਰੇਸਿਸ ਦੀ ਗੱਲ ਕਰੀਏ, ਕੋਈ ਜ਼ਮਾਨਾ ਸੀਗਾ ਕਿ ਬ੍ਰੇਸਿਸ ਜਦੋਂ ਲਾਉਣਾ ਮੋਟੀਆਂ ਮੋਟੀਆਂ ਤਾਰਾਂ ਔਰ ਬੜਾ ਅੰਡਰ ਪ੍ਰੈਸ਼ਰ ਬੰਦੇ ਨੇ ਰਹਿਣਾ, ਲੇਕਿਨ ਅੱਜ ਕੱਲ੍ਹ ਤੁਸੀਂ ਉਹਨੂੰ ਵੀ ਬਹੁਤ ਵਧੀਆ ਟੈਕਨੀਕਸ ਦੇ ਨਾਲ, ਮਤਲਬ ਫੋਰਨ ਟਾਈਪ ਜਿਹੜੀਆਂ ਚੀਜ਼ਾਂ ਹੈਗੀਆਂ, ਟੈਕਨੀਕਸ ਹੈਗੀਆਂ, ਉਹਨਾਂ ਨੂੰ ਲਿਆ ਕੇ ਅੱਜ ਉਹ ਵੀ ਚੀਜ਼ਾਂ ਬੜੀਆਂ ਈਜ਼ੀ ਕਰਦੀਆਂ ਕਿ ਲੋਕਾਂ ਨੂੰ ਨਾਲ ਨਾਲ ਦੰਦ ਜਿਹੜੇ ਹੈਗੇ ਟਿੱਡੇ ਮਿੱਟੇ ਸਹੀ ਹੋ ਜਾਣ ਔਰ ਨਾਲ ਨਾਲ ਕੋਈ ਉਹਦੀ ਐਵੀਡੈਂਟ ਨਾ ਹੋ। ਹਾਂ, ਜਿਹੜਾ ਪਹਿਲਾਂ ਬ੍ਰੇਸਿਸ ਲਗਾਉਣ ਦਾ ਸਿਸਟਮ ਸੀਗਾ, ਜੋ ਬਹੁਤ ਪਹਿਲਾਂ ਤਾਂ ਉਦਾਹਰਨ ਚੜ੍ਹਾਉਣ ਵਾਲੇ ਬ੍ਰੇਸਿਸ ਜ਼ਿਆਦਾ ਚੱਲਦੇ ਸੀਗੇ, ਜਿਹੜੇ ਕਿ ਉਨੇ ਜ਼ਿਆਦਾ ਇਫੈਕਟਿਵ ਨਹੀਂ ਸੀ ਹੁੰਦਾ, ਉਹ ਟ੍ਰੀਟਮੈਂਟ ਮੋਡੈਲਿਟੀ ਉਨੀ ਇਫੈਕਟਿਵ ਨਹੀਂ ਸੀ ਹੁੰਦੀ ਹੈਗੀ। ਉਸ ਤੋਂ ਬਾਅਦ ਜਿਹੜੇ ਬ੍ਰੇਸਿਸ ਲਗਾਉਣੇ ਸ਼ੁਰੂ ਹੋਏ ਉਹਦੇ 'ਚੋਂ ਇੱਕ ਬੈਂਡਸ ਲਗਾਉਂਦੇ ਸੀਗੇ ਅਸੀਂ ਲੋਕ, ਜਿਹਦੇ 'ਚ ਕਿ ਜਿਹੜੇ ਦੰਦਾਂ 'ਤੇ ਦਿਖਦੇ ਸੀਗੇ, ਹਾਲਾਂਕਿ ਉਹ ਫਿਕਸ ਨਹੀਂ ਹੁੰਦੇ ਸੀ, ਉਤਾਰਨ ਚੜ੍ਹਾਉਣ ਵਾਲੇ ਨਹੀਂ ਸੀ ਹੁੰਦੇ, ਬਟ ਉਹ ਦੇਖਣ 'ਚ ਵੀ ਅਗਲੀ ਲੱਗਦੇ ਸੀ, ਲਗਾਉਣਾ ਵੀ ਬੜਾ ਕੰਬਰਸੂਮ ਹੁੰਦਾ ਸੀਗਾ। ਅੱਜ ਦੀ ਜਿਹੜੀ ਆਰਥੋਡੋਂਟਿਕ ਪ੍ਰੈਕਟਿਸ ਹੈ, ਜਿਹਦੇ ਦੰਦਾਂ ਨੂੰ ਆਪਾਂ ਨੂੰ ਤਾਰਾਂ ਨਾਲ ਸਿੱਧਾ ਕਰਨਾ ਹੁੰਦਾ ਹੈਗਾ, ਉਹਦੇ 'ਚ ਇੱਕ ਛੋਟੇ ਛੋਟੇ ਬ੍ਰੇਸਿਸ ਲਗਾਏ ਜਾਂਦੇ ਹੈ ਜਿਹੜੇ ਕਿ ਹਾਰਡਲੀ ਵਿਜ਼ੀਬਲ ਹੁੰਦੇ ਹੈ, ਜਾਂ ਫਿਰ ਉਹ ਆਪਾਂ ਦੰਦਾਂ ਦੇ ਰੰਗ ਦੇ ਹੀ ਬ੍ਰੇਸਿਸ ਲਗਾ ਲੈਂਦੇ ਹਾਂ ਜਿਹੜੇ ਕਿ ਵਿਜ਼ੀਬਲ ਹੁੰਦੇ ਹੀ ਨਹੀਂ ਹੈਗੇ, ਜਾਂ ਫਿਰ ਜਿਹੜੀ ਲੇਟੈਸਟ ਟੈਕਨੋਲੋਜੀ ਬ੍ਰੇਸਿਸ ਦੇ ਟ੍ਰੀਟਮੈਂਟ ਵਿੱਚ ਆਈ ਹੈਗੀ ਹੈ, ਉਹਦੇ 'ਚ ਇਹ ਹੈ ਕਿ ਅਸੀਂ ਦੰਦਾਂ ਤੋਂ ਦੇ ਅੰਦਰਲੇ ਪਾਸੇ ਵੀ ਬ੍ਰੇਸਿਸ ਲਗਾ ਲੈਂਦੇ ਹਾਂ, ਜਿੱਦਾਂ ਜਿਹਨੂੰ ਕਿ ਲਿੰਗਲ ਆਰਥੋਡੋਂਟਿਕਸ ਕਹਿੰਦੇ ਹਾਂ, ਬਾਹਰੋਂ ਦੰਦ ਬ੍ਰੇਸਿਸ ਲੱਗੇ ਹੋਏ ਦਿਖਦੇ ਹੀ ਨਹੀਂ ਹੈਗੇ, ਕਿਉਂਕਿ ਬੱਚੇ ਕੌਨਸ਼ੀਅਸ ਹੁੰਦੇ ਜਾ ਰਹੇ ਹਾਂ ਅੱਜ ਕੱਲ੍ਹ ਦੇ ਕਿ ਨਹੀਂ ਅਸੀਂ ਬ੍ਰੇਸਿਸ ਨਹੀਂ ਲਗਵਾਉਣੇ, ਜਾਂ ਫੋਰ ਦੈਟ ਮੈਟਰ ਅੱਜ ਕੱਲ੍ਹ ਅਡਲਟ ਆਰਥੋਡੋਂਟਿਕਸ ਵੀ ਬੜੀ ਪਾਪੂਲਰ ਹੈ,
ਕਿ ਈਵਨ 30-40 ਸਾਲ ਵਿੱਚ ਕੋਈ ਲੇਡੀ ਕਹਿੰਦੀ ਮੇਰੇ ਦੰਦ ਸਿੱਧੇ ਹੋਣੇ ਚਾਹੀਦੇ ਹੈ ਤਾਂ ਉਹ ਹੋ ਸਕਦੇ ਹੈ, ਬਟ ਉਹ ਬ੍ਰੇਸਿਸ ਜੇ ਨਹੀਂ ਦਿਖਾਉਣਾ ਚਾਹੁੰਦੇ ਤਾਂ ਉਹ ਅੰਦਰ ਦੀ ਲਿੰਗੁਅਲ ਬ੍ਰੇਸਿਸ ਲਗਾ ਕੇ ਕੰਮ ਉਹਦਾ ਹੋ ਸਕਦਾ ਹੈਗਾ। ਜਾਂ ਫਿਰ ਜਿਹੜੀ ਲੇਟੈਸਟ ਟੈਕਨੋਲੋਜੀ ਉਸ ਤੋਂ ਬਾਅਦ ਹੁਣ ਆਈ ਹੈ ਉਹ ਸੇਮ ਕੈਡ ਕੈਮ ਟੈਕਨੋਲੋਜੀ ਹੈ ਜਿਹਦੇ ਵਿੱਚ ਬ੍ਰੇਸਿਸ ਅਤੇ ਹੁਣ ਦੰਦਾਂ ਦੇ ਉੱਤੇ ਲਾਏ ਨਹੀਂ ਜਾਂਦੇ, ਤੁਹਾਨੂੰ ਇੱਕ ਸਕਸੈਸਿਵ ਪਲੇਟਸ ਦਿੱਤੀਆਂ ਜਾਂਦੀਆਂ ਹੈਗੀਆਂ ਜਿਹੜੀਆਂ ਕਿ ਤੁਹਾਡੀ ਜਿਹੜੀ ਟ੍ਰੀਟਮੈਂਟ ਪਲੈਨਿੰਗ ਦੇ ਹਿਸਾਬ ਨਾਲ ਕੰਪਿਊਟਰ ਡਿਸਾਈਡ ਕਰਦਾ ਹੈਗਾ। ਔਰ ਉਹ ਕੰਪਿਊਟਰ ਜਨਰੇਟਿਡ ਪਲੇਟਸ ਹੁੰਦੀਆਂ ਜਿਹੜੀਆਂ 15 ਦਿਨਾਂ ਬਾਅਦ ਬੱਚਾ ਆਪਣੇ ਆਪ ਹੀ ਬਦਲੀ ਜਾਂਦਾ ਹੈਗਾ। ਉਹਦੇ ਵਾਸਤੇ ਦਿਖਾਉਣ ਵਾਸਤੇ ਆਉਣਾ ਤਾਂ ਪੈਂਦਾ 1-2 ਮਹੀਨੇ ਬਾਅਦ, ਪਰ ਉਹ ਦਿਖਦਾ ਕੁਛ ਨਹੀਂ। ਉਹ ਬ੍ਰੇਸਿਸ ਜਿਹੜੇ ਹੁੰਦੇ ਉਹਦੇ ਤਾਰਾਂ ਕੋਈ ਨਹੀਂ ਲੱਗਦੀਆਂ ਹੈਗੀਆਂ, ਉਹਦੇ 'ਚ ਸਕਸੈਸਿਵ ਪਲੇਟਸ ਹੁੰਦੀਆਂ ਜਿਹੜੀਆਂ ਦੰਦਾਂ ਨੂੰ ਅਡਾਪਟ ਕਰਦੇ ਹਨ। ਇਸ ਨੂੰ ਇਨਵਿਜੂਲਾਈਨ ਜਾਂ ਕਲੀਅਰ ਪਾਥ ਔਰਥੋਡੋਂਟਿਕਸ ਕਹਿੰਦੇ ਹਨ, ਜਿਹਦੇ 'ਚ ਬ੍ਰੇਸਿਸ ਲੱਗਦੇ ਹੀ ਨਹੀਂ। ਉਹ ਜੇ ਤੁਸੀਂ ਨਹੀਂ ਕਿਤੇ ਪਾਰਟੀ 'ਚ ਜਾਣਾ ਹੈਗਾ, ਤੁਹਾਨੂੰ ਕੁਛ ਵੀ ਮੂੰਹ ਲੱਗਿਆ ਹੋਇਆ ਦਿਖਣਾ ਨਹੀਂ ਚਾਹੀਦਾ, ਤੁਸੀਂ ਉਹਨੂੰ ਉਤਾਰ ਕੇ ਚਲੇ ਜਾਓ। ਬਟ ਉਹ ਚੀਜ਼ ਜਿਹੜੀ ਹੈ ਲੇਟੈਸਟ ਹੈਗੀ ਹੈ, ਜਿਹੜੀ ਕਿ ਕੰਪਿਊਟਰ ਜਨਰੇਟਿਡ ਹੈਗੀ ਹੈ। ਉਹਦੇ ਤੁਹਾਡੀ ਪਲੈਨਿੰਗ ਸਾਰੀ ਕੰਪਿਊਟਰ 'ਤੇ ਹੁੰਦੀ ਹੈ, ਔਰ ਉਹ ਇੱਕ ਡੱਬਾ ਤੁਹਾਨੂੰ ਦਿੱਤਾ ਜਾਂਦਾ ਹੈਗਾ ਜਿਹਦੇ 'ਚ ਤੁਹਾਡੇ ਪੂਰੇ ਸਾਲ ਦੇ ਪਲੇਟਾਂ ਹੁੰਦੀਆਂ ਹੈਗੀਆਂ, ਜਿਹੜਾ ਕਿ ਤੁਸੀਂ ਹਰ 15 ਦਿਨ ਬਾਅਦ ਆਪਣੇ ਆਪ ਹੀ ਬਦਲਦੇ ਹੋ। ਅਤੇ ਲੇਟੈਸਟ ਐਡਵਾਂਸਮੈਂਟ ਤਾਂ ਟੈਕਨੋਲੋਜੀ ਵਿੱਚ ਔਰਥੋਡੋਂਟਿਕਸ ਵਿੱਚ ਇਹੀ ਹੈਗੀ, ਐਂਡ ਬਿਲਕੁਲ ਸਕਸੈਸਫੁਲ ਟੈਕਨੋਲੋਜੀ ਹੈਗੀ ਹੈ, ਕੋਈ ਉਹਦੇ 'ਚ ਪ੍ਰੋਬਲਮ ਨਹੀਂ। ਡਾਕਟਰ ਸਾਹਿਬ, ਤੁਹਾਡਾ ਸੈਂਟਰ ਜਿਹੜਾ ਮੰਨਿਆ ਜਾਂਦਾ ਲੋਕਾਂ ਨੂੰ ਸੋਹਣੇ ਬਣਾਉਣ ਦੇ ਲਈ, ਔਰ ਪੰਜਾਬ ਹਰਿਆਣਾ ਨਹੀਂ, ਦੂਰ ਦੂਰ ਤੋਂ, ਚਾਹੇ ਆਪਾਂ ਹਿਮਾਚਲ ਦੀ ਗੱਲ ਕਰ ਲਈਏ, ਦੂਰ ਦੂਰ ਤੋਂ ਲੋਕ ਜਿਹੜੇ, ਈਵਨ ਜਿਹੜੇ ਇੱਥੋਂ ਦੇ ਲੋਕਾਂ ਦੇ ਰਿਸ਼ਤੇਦਾਰ ਨੇ ਦਿੱਲੀ ਤੱਕ, ਉਹ ਵੀ ਆ ਕੇ ਜਦੋਂ ਕਿ ਮੈਰਿਜ ਦੀ ਏਜ ਆਉਂਦੀ ਹੈ ਵੀ ਨਹੀਂ ਡਾਕਟਰ ਕਾਲੜਾ ਕੋਲ ਜਾ ਕੇ ਸਾਡੀ ਬੇਟੀ ਦਾ ਸਮਾਈਲ ਚੇਂਜ ਕਰ ਦੇਣਗੇ, ਉਹਦਾ ਇੱਕ ਨਵਾਂ ਇੱਕ ਜਿਹੜੀ ਹੈਗੀ ਆ ਉਹਨੂੰ ਨਵੇਂ ਪਾਸੇ ਤੁਸੀਂ ਲੈ ਜਾਂਦੇ ਹੋ, ਉਹਦੇ ਬਾਰੇ ਸਾਨੂੰ ਦੱਸੋ। ਦੇਖੋ, ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਹੈ, ਮੈਂ ਤੁਹਾਡੀ ਗੱਲ ਮੰਨਦਾ, ਬਹੁਤ ਦੂਰੋਂ ਦੂਰੋਂ ਆਉਂਦੇ ਹੈ, ਹਿਮਾਚਲ, ਪੰਜਾਬ, ਹਰਿਆਣਾ, ਦਿੱਲੀ। ਰੈਫਰਲ ਪ੍ਰੈਕਟਿਸ ਜ਼ਿਆਦਾ ਹੈ ਸਾਡੀ, ਕਿਉਂਕਿ ਇੱਕ ਪੇਸ਼ੈਂਟ ਖੁਸ਼ ਹੋਇਆ ਇਲਾਜ ਤੋਂ ਤਾਂ 10 ਨੂੰ ਭੇਜਦਾ ਹੈਗਾ, ਅਤੇ ਉਹੀ ਪ੍ਰੈਕਟਿਸ ਜਿਹੜੀ ਹੈ ਕਾਮਯਾਬ ਹੁੰਦੀ ਹੈ ਹਮੇਸ਼ਾ। ਅਤੇ ਉਹਦੇ 'ਚ ਅਸੀਂ ਮੈਰੀਜੇਬਲ ਏਜ ਦੇ ਵਾਸਤੇ ਜਦੋਂ ਅਸੀਂ ਜਿਹੜਾ ਟ੍ਰੀਟਮੈਂਟ ਮੋਡੈਲਿਟੀ ਅਸੀਂ ਪ੍ਰਮੋਟ ਕਰਦੇ ਹਾਂ, ਅਸੀਂ ਉਹਨੂੰ ਪ੍ਰੀ ਬ੍ਰਾਈਡਲ ਡੈਂਟਿਸਟਰੀ ਕਹਿੰਦੇ ਹਾਂ, ਜਿਹਦੇ 'ਚ ਮਤਲਬ ਕਿ ਸ਼ਾਦੀ ਤੋਂ ਪਹਿਲੇ ਤੁਸੀਂ ਆਪਣੇ ਸਮਾਈਲ ਨੂੰ ਕਿੱਦਾਂ ਸੁਧਾਰ ਸਕਦੇ ਹੋ, ਉਹਦਾ ਅਸੀਂ ਟ੍ਰੀਟਮੈਂਟ ਪ੍ਰੋਟੋਕੋਲ ਤੁਹਾਨੂੰ ਦੱਸਦੇ ਹਾਂ। ਉਹਦੇ ਸਾਡੇ ਪੈਂਫਲੇਟਸ ਵੀ ਬਣੇ ਹੋਏ ਹੈ, ਉਹਦੇ ਸਾਡੀ ਵੀਡੀਓ ਵੀ ਹੈਗੀ ਹੈ ਜਿਹਦੇ 'ਚ ਅਸੀਂ ਪੇਸ਼ੈਂਟ ਨੂੰ ਐਜੂਕੇਟ ਕਰਦੇ ਹਾਂ ਕਿ ਕੀ ਟ੍ਰੀਟਮੈਂਟਸ ਤੁਸੀਂ ਸ਼ਾਦੀ ਤੋਂ ਪਹਿਲਾਂ ਆਪਣੀ ਸਮਾਈਲ ਨੂੰ ਬਿਊਟੀਫੁਲ ਬਣਾਉਣ ਵਾਸਤੇ ਕਰ ਸਕਦੇ ਹੋ। ਲਾਈਕ ਉਹਦੇ 'ਚ ਹੋਰ ਕਈ ਸਾਰੇ ਪ੍ਰੋਸੀਜਰਸ ਨੇ, ਜਿਸ ਤਰ੍ਹਾਂ ਦੰਦਾਂ ਦੇ ਵਿੱਚ ਅਗਰ ਸਪੇਸਿਸ ਨੇ ਉਹ ਸਪੇਸਿਸ ਕਲੋਜ਼ ਕੀਤੇ ਜਾ ਸਕਦੇ ਹੈ, ਦੰਦ ਟੇੜੇ ਮੇੜੇ ਨੇ ਤਾਂ ਲੈਮੀਨੇਟਸ ਜਾਂ ਬਨੀਅਰਸ ਲਗਾ ਕੇ ਉਹਨਾਂ ਨੂੰ ਸਿੱਧਾ ਕੀਤਾ ਜਾ ਸਕਦਾ ਹੈਗਾ। ਦੰਦ ਥੋੜ੍ਹੇ ਰੰਗ ਉਹਨਾਂ ਦਾ ਜ਼ਿਆਦਾ ਗਾੜਾ ਹੈਗਾ ਤਾਂ ਉਹਨਾਂ ਨੂੰ ਆਪਾਂ ਚਿੱਟਾ ਕੀਤਾ ਕਰ ਸਕਦੇ ਹਾਂ ਇਨ ਆਫਿਸ ਬਲੀਚਿੰਗ ਦੇ ਨਾਲ। ਈਵਨ ਤੁਹਾਡੇ ਮਸੂੜੇ ਵੀ ਅਗਰ ਜ਼ਿਆਦਾ ਪਿਗਮੈਂਟਿਡ ਨੇ, ਜਿਸ ਤਰ੍ਹਾਂ ਸਾਡੀ ਇੰਡੀਅਨ ਪਾਪੂਲੇਸ਼ਨ ਵਿੱਚ ਮਸੂੜੇ ਕਾਲੇ ਕਾਲੇ ਹੁੰਦੇ ਹੈ ਕਈਆਂ ਦੇ, ਉਹ ਵੀ ਪਿੰਕ ਹੋ ਸਕਦੇ ਹੈਗੇ ਹੈ। ਅਤੇ ਇਸ ਤਰ੍ਹਾਂ ਈਵਨ ਪ੍ਰੀ ਟੂਥ ਜੂਲਰੀ ਵੀ ਅਸੀਂ ਲਗਾਉਂਦੇ ਹਾਂ, ਜਿਹਦੇ 'ਤੇ ਦੰਦ ਦੇ ਉੱਤੇ ਛੋਟਾ ਜਿਹਾ ਡਾਇਮੰਡ ਇੱਕ ਦੰਦ ਦੇ ਉੱਤੇ 2 ਦੰਦਾਂ ਦੇ ਉੱਤੇ ਲਗਾ ਦਿੱਤਾ ਜਾਂਦਾ ਹੈਗਾ, ਜਿਹੜਾ ਕਿ ਸਪਾਰਕਲ ਕਰਦਾ ਜਦੋਂ ਤੁਸੀਂ ਸਮਾਈਲ ਕਰਦੇ ਹੋ। ਸੋ ਇਹ ਸਾਰੀਆਂ ਪ੍ਰੋਸੀਜਰ ਜਿਹੜੇ ਨੇ, ਨਾਲੇ ਛੋਟੇ ਜਿਹੇ ਪ੍ਰੋਸੀਜਰ ਜਿੱਦਾਂ ਕਲੀਨਿੰਗ ਹੈਗਾ, ਇਹ ਸਾਰੀਆਂ ਪ੍ਰੋਸੀਜਰਸ ਅਸੀਂ ਇੱਕ ਪੈਕੇਜ ਦੇ ਰੂਪ ਵਿੱਚ ਪੇਸ਼ੈਂਟ ਨੂੰ ਦਿੰਦੇ ਹਾਂ, ਜਿਹੜਾ ਕਿ ਪ੍ਰੀ ਬ੍ਰਾਈਡਲ ਡੈਂਟਿਸਟਰੀ ਦੇ ਨਾਮ 'ਤੇ ਜਾਣਿਆ ਜਾਂਦਾ ਹੈਗਾ। ਔਰ ਸਮਾਈਲ ਜਿਹੜੀ ਸਾਡੀ ਪਰਸਨੈਲਿਟੀ ਦਾ ਇੱਕ ਇੰਪੋਰਟੈਂਟ ਆਸਪੈਕਟ ਹੁੰਦਾ ਹੈਗਾ, ਔਰ ਜਿਹੜੀ ਸਮਾਈਲ ਅਗਰ ਸਾਡੀ ਕ੍ਰੂਕਿਡ ਹੈਗੀ ਹੈ ਜਾਂ ਖਰਾਬ ਹੈਗੀ ਹੈ, ਉਹ ਸਾਡੇ ਸੈਲਫ ਐਸਟੀਮ ਜਾਂ ਸੈਲਫ ਕੌਨਫੀਡੈਂਸ ਨੂੰ ਵੀ ਘਟਾਉਂਦੀ ਹੈ। ਅਤੇ ਇਹ ਸਾਰੇ ਪ੍ਰੋਸੀਜਰ ਜਿਹੜੇ ਸਾਡੇ ਕੌਨਫੀਡੈਂਸ ਨੂੰ ਵਧਾਉਂਦੇ ਹੈ, ਔਰ ਪਲੱਸ ਫੇਸ਼ੀਅਲ ਬਿਊਟੀ ਤਾਂ ਇਹਦੇ ਨਾਲ ਵਧਦੀ ਹੈਗੀ। ਸੋ ਇਹ ਪ੍ਰੋਸੀਜਰਸ ਅਸੀਂ ਆਪਣੇ ਕਲੀਨਿਕ ਵਿੱਚ ਕਰਦੇ ਹਾਂ, ਸਾਡੇ ਸਮਾਈਲ ਸਪਾ ਕਰਕੇ ਏਰੀਆ ਹੈਗਾ ਜਿੱਥੇ ਅਸੀਂ ਸਾਰੇ ਕੋਸਮੈਟਿਕ ਪ੍ਰੋਸੀਜਰ ਜਿਹੜੇ ਹੈ ਉਹ ਅਸੀਂ ਕਰਦੇ ਹਾਂ। ਡਾਕਟਰ ਸਾਹਿਬ, ਕੋਈ ਵੀ ਦੰਦ ਟੁੱਟ ਜਾਵੇ ਉਸੇ ਦੰਦ ਨੂੰ ਤੁਸੀਂ ਰੀਪਲਾਂਟ ਕਰ ਦਿੰਦੇ ਹੋ, ਔਰ ਬੜੀ ਵਧੀਆ ਤਰੀਕੇ ਦੇ ਨਾਲ, ਔਰ ਬਿਲਕੁਲ ਐਵੀਡੈਂਟ ਨਹੀਂ ਹੁੰਦਾ। ਪਹਿਲਾਂ ਜਦੋਂ ਕੋਈ ਦੰਦ ਹੁੰਦਾ ਸੀ ਆਪਾਂ ਨੂੰ ਪਹਿਚਾਣ ਆ ਜਾਂਦੀ ਸੀਗੀ, ਆਪਾਂ ਫਿਲਮਾਂ ਦੇ ਐਕਟਰਾਂ ਦੇ ਪਹਿਲਾਂ ਵਾਲੇ ਦੰਦ ਦੇਖੇ ਤਾਂ ਆਪਾਂ ਨੂੰ ਪਤਾ ਲੱਗਦਾ ਸੀ ਇਹ ਨਕਲੀ ਦੰਦ ਲੱਗਿਆ, ਲੇਕਿਨ ਅੱਜ ਕੱਲ੍ਹ ਤੁਸੀਂ ਉਹ ਬਿਲਕੁਲ ਇਹ ਚੀਜ਼ਾਂ ਹੀ ਖਤਮ ਕਰਤੀਆਂ, ਉਹਦੇ ਬਾਰੇ ਦੱਸੋ। ਇੱਕ ਤਾਂ ਹੈ ਜੀ ਕਿ ਦੰਦ ਜੇ ਨਿਕਲ ਗਿਆ ਕਿਸੇ ਤਰੀਕੇ ਨਾਲ, ਮਤਲਬ ਕਿ ਜਿਸ ਤਰ੍ਹਾਂ ਚੋਟ ਲੱਗੀ ਬੱਚੇ ਨੂੰ, ਗਿਰ ਗਿਆ ਅਤੇ ਦੰਦ ਬਾਹਰ ਆ ਗਿਆ, ਤਾਂ ਉਹ ਦੰਦ ਰੀਪਲਾਂਟ ਹੋ ਸਕਦਾ ਹੈਗਾ।
ਰੀਪਲਾਂਟੇਸ਼ਨ ਔਰ ਇਮਪਲਾਂਟੇਸ਼ਨ ਦੋ ਅਲੱਗ ਅਲੱਗ ਚੀਜ਼ਾਂ ਨੇ। ਰੀਪਲਾਂਟੇਸ਼ਨ ਤਾਂ ਤੁਹਾਡਾ ਨੈਚੁਰਲ ਦੰਦ ਜੇ ਅਸੀਂ ਵਾਪਸ ਲਗਾ ਦਈਏ, ਜਿਹੜਾ ਕਿ ਹੋ ਸਕਦਾ ਅਗਰ ਉਹ ਦੰਦ ਆਪਾਂ ਸਾਡੇ ਕੋਲ ਬੱਚਾ ਵਿਦ ਇਨ 2 hours ਲੈ ਆਉਂਦਾ ਹੈਗਾ ਤਾਂ ਉਹੀ ਦੰਦ ਰੀਪਲਾਂਟ ਹੋ ਜਾਂਦਾ ਹੈਗਾ। ਬਟ ਜੇ ਦੰਦ ਉਹ ਨਹੀਂ ਲੈ ਕੇ ਆਇਆ ਬੱਚਾ ਜਾਂ ਫਿਰ ਉਹ ਦੰਦ ਕਿਸੇ ਤਰੀਕੇ ਨਾਲ ਕੱਢਣਾ ਪੈਂਦਾ ਹੈਗਾ ਤਾਂ ਉਸਨੂੰ ਇਮਪਲਾਂਟ ਕਰ ਦਿੱਤਾ ਜਾਂਦਾ ਹੈਗਾ। ਅਤੇ ਉਹਦੇ ਵਾਸਤੇ ਇਮਪਲਾਂਟ ਟੈਟੈਨੀ ਮੈਟਲ ਦੇ ਇਮਪਲਾਂਟ ਹੁੰਦੇ ਆ ਜਿਹੜੇ ਕਿ ਹੱਡੀ ਦੇ ਵਿੱਚ ਇੱਕ ਪੇਜ ਦੀ ਤਰ੍ਹਾਂ ਲਗਾ ਦਿੱਤੇ ਜਾਂਦੇ ਆ ਔਰ ਉਹਦੇ ਉੱਤੇ ਕੈਪ ਲਗਾ ਦਿੱਤੀ ਜਾਂਦੀ ਹੈ। ਉਹਦਾ ਕੋਈ ਪਤਾ ਨਹੀਂ ਚੱਲਦਾ ਹੈਗਾ ਕਿ ਤੁਹਾਡੇ ਮੂੰਹ ਦੇ ਵਿੱਚ ਕੁਝ ਦੰਦ ਆਰਟੀਫਿਸ਼ਲ ਲੱਗਿਆ ਵੀ ਹੋਇਆ, ਕਿਉਂਕਿ ਉਹਦੇ ਜਿਹੜੇ ਕਰਾਊਨਸ ਨੇ ਈਵਨ ਮੈਟਲ ਫਰੀ ਕਰਾਊਨਸ ਲਗਾਏ ਜਾਂਦੇ ਆ ਜਿਹਦੇ 'ਚ ਕਿ ਕੋਈ ਮੈਟਲ ਬੇਸ ਨਹੀਂ ਹੁੰਦਾ ਅਤੇ ਉਹ ਬਿਲਕੁਲ ਨੈਚੁਰਲ ਅਪੀਅਰੈਂਸ ਦਿੰਦੇ ਆ ਜਿੱਦਾਂ ਤੁਹਾਡੇ ਅਸਲੀ ਦੰਦ ਹੈਗੇ। ਸੋ ਇਹ ਪ੍ਰੋਸੀਜਰ ਜਿਹੜੇ ਆ ਇੱਕ ਦੰਦ ਵਾਸਤੇ ਵੀ ਕੀਤੇ ਜਾ ਸਕਦੇ ਹੈ, ਮਲਟੀਪਲ ਦੰਦ ਜੇ ਮਿਸਿੰਗ ਹੈਗੇ ਹੈ ਤਾਂ ਉੱਥੇ ਵੀ ਤੁਹਾਡੇ ਇਮਪਲਾਂਟਸ ਇੰਡੀਵਿਜੁਅਲੀ ਜਾਂ ਬ੍ਰਿਜ ਦੀ ਫੋਰਮ ਵਿੱਚ ਲੱਗ ਸਕਦੇ ਹੈ ਜਾਂ ਫਿਰ ਈਵਨ ਫੁੱਲ ਮਾਊਥ ਪੂਰੇ ਦਾ ਪੂਰਾ ਜਬੜਾ ਜਿੱਦਾਂ ਤੁਹਾਡੇ ਦੰਦ ਨਹੀਂ ਹੈਗੇ ਤਾਂ ਉਹ ਵੀ ਪੂਰਾ ਜਬੜਾ ਤੁਹਾਡਾ ਇਮਪਲਾਂਟਸ ਦੇ ਜ਼ਰੀਏ ਫਿਕਸਡ ਲਗਾਇਆ ਜਾ ਸਕਦਾ ਹੈਗਾ ਔਰ ਉਹ ਤੁਹਾਡਾ ਅਸਲੀ ਇੱਦਾਂ ਲੱਗੇਗਾ ਜਿੱਦਾਂ ਕਿ ਤੁਹਾਡੇ ਅਸਲੀ ਦੰਦ ਨੇ, ਕੋਈ ਉਹਨਾਂ ਦਾ ਨਕਲੀਪਨ ਉੱਥੇ ਨਜ਼ਰ ਨਹੀਂ ਆਏਗਾ। ਤਾਂ ਉਹ ਪ੍ਰੋਸੀਜਰਸ ਪੋਸੀਬਲ ਨੇ ਇਮਪਲਾਂਟੋਲੋਜੀ ਦੇ ਤਹਿਤ। ਦੱਸੋ ਤੁਸੀਂ ਆਪਣੀ ਲਾਈਫ ਦੇ 28 ਸਾਲ ਦੇਣ ਤੋਂ ਬਾਅਦ ਵਿੱਚ ਅਸੀਂ ਦੇਖਿਆ ਕਿ ਬੇਟਾ ਜਿਹੜਾ ਹੈਗਾ ਉਹ ਵੀ ਇੱਕ ਬੜੇ ਵਧੀਆ ਤਰੀਕੇ ਦੇ ਨਾਲ ਜੋ ਭਾਵਨਾ ਤੁਸੀਂ ਲੈ ਕੇ ਇਹ ਸੈਂਟਰ ਚਲਾ ਰਹੇ ਸੀਗੇ, ਜਿੱਦਾਂ ਸਲੰਮ ਏਰੀਆ 'ਚ ਤੁਸੀਂ ਜਲਾ ਜਾ ਰਹੇ ਹੋ, ਜਿੱਦਾਂ ਹਰ ਕੋਈ ਗਰੀਬ ਬੰਦਾ ਜਿਹੜਾ ਆਉਂਦਾ ਉਹਦੇ ਲਈ ਤੁਸੀਂ ਫਿਰ ਆਪਣੇ ਮਨ ਦੇ ਵਿੱਚ ਜਿਹੜੀ ਮਰਜ਼ੀ ਹੈਗੀ ਹੈ ਤੁਹਾਡੇ 'ਚ ਹਮੇਸ਼ਾ ਮਨ ਦੇ ਵਿੱਚ ਲੋਕਾਂ ਦੇ ਪ੍ਰਤੀ ਭਾਵਨਾ ਜਿਹੜੀ ਹੈਗੀ ਆ ਗਰੀਬ ਦੇ ਪ੍ਰਤੀ ਬਹੁਤ ਵਧੀਆ, ਉਹੀ ਭਾਵਨਾ ਨੂੰ ਲੈ ਕੇ ਉਹ ਬੱਚਾ ਉਸੇ ਤਰੀਕੇ ਦੇ ਨਾਲ ਜੋ ਤੁਹਾਡੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਸੇਵਾ ਜਿਹੜੀ ਨਿਭਾਈ ਉਹਨੂੰ ਅੱਗੇ ਤੋਰ ਰਿਹਾ ਹੈਗਾ, ਨਾਲ ਨਾਲ ਅਟੈਚ ਹੋ ਰਿਹਾ ਔਰ ਤੁਹਾਡੇ ਨਕਸ਼ੇ ਕਦਮਾਂ 'ਤੇ ਚੱਲਦਾ ਆ ਰਿਹਾ, ਇਹ ਸਭ ਤੋਂ ਵੱਡੀ ਇੱਕ ਵਿਟਾਮਿਨ ਹੈ ਇੱਕ ਬਾਪ ਦੇ ਲਈ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਆਪਣੇ ਐਡੀ ਵੱਡੀ ਰਿਆਸ ਜਿਹੜੀ 28 ਸਾਲ ਜਿਹਨੂੰ ਤੁਸੀਂ ਲਗਾ ਤੇ ਮਨਾਉਣ ਦੇ ਵਿੱਚ ਉਹਨਾਂ ਨੂੰ ਸੰਭਾਲਣ ਲਈ ਅਗਰ ਉਹੀ ਚੀਜ਼ਾਂ ਮਿਲ ਜਾਣ ਉਹਦੇ ਬਾਰੇ ਕੀ ਕਹਿਣਾ? ਬਿਲਕੁਲ ਬਿਲਕੁਲ, ਮੇਰਾ ਬੇਟਾ ਹੁਣ ਮੇਰੇ ਨਾਲ ਆ ਗਿਆ ਹੈਗਾ ਜੀ ਪ੍ਰੈਕਟਿਸ ਦੇ ਵਿੱਚ, ਉਹਦੇ ਸੇਮ ਸਪੈਸ਼ਲਾਈਜੇਸ਼ਨ ਕੀਤੀ ਹੈਗੀ, ਪ੍ਰੋਸਟੋਡੋਂਟਿਕਸ ਹੀ ਉਹਨੇ ਸਪੈਸ਼ਲਾਈਜੇਸ਼ਨ ਕੀਤੀ ਹੈਗੀ ਅਤੇ ਅੱਛੇ ਕਾਲਜ ਤੋਂ ਕੀਤੀ ਹੈਗੀ ਹੈ, ਇਸ ਕਰਕੇ ਉਹਦੀ ਅਪਬ੍ਰਿੰਗਿੰਗ ਚੰਗੀ ਹੈ, ਅੱਛੇ ਐਕਸਪੀਰੀਅੰਸ ਲੈ ਕੇ ਆਇਆ ਹੈਗਾ ਸਾਡੀ ਪ੍ਰੈਕਟਿਸ ਦੇ ਨਾਲ ਜੁੜਿਆ ਹੈਗਾ। ਤਾਂ ਉਸ ਦੇ ਨਾਲ ਸਾਡੇ ਆਪਣੇ ਇੱਕ ਫਾਦਰ ਨੂੰ ਤਾਂ ਇਹੀ ਸਭ ਤੋਂ ਵੱਡਾ ਸੈਟਿਸਫੈਕਸ਼ਨ ਹੁੰਦੀ ਹੈ ਕਿ ਬੱਚਾ ਨਾਲ ਕੰਮ ਕਰੇ ਔਰ ਜੋ ਕੰਮ ਤੁਸੀਂ ਕੀਤਾ ਹੈ, ਇੰਨੀ ਮਿਹਨਤ ਕੀਤੀ ਹੈ, ਉਸਨੂੰ ਉਹ ਵਧਾਏ ਔਰ ਨਾਲੇ ਆਪਣਾ ਵੀ ਨਾਮ ਰੋਸ਼ਨ ਕਰੇ, ਰਾਦਰ ਫਾਦਰ ਤੋਂ ਉੱਤੇ ਹੀ ਜਾਏ, ਇਹੀ ਹਰ ਇੱਕ ਫਾਦਰ ਦੀ ਮਨਸ਼ਾ ਹੁੰਦੀ ਹੈ। ਔਰ ਬਾਕੀ ਜਿਹੜੇ ਸੰਸਕਾਰ ਨੇ ਉਹ ਤਾਂ ਆਪਣੇ ਪਾਏ ਹੋਏ ਹੁੰਦੇ ਹੈਗੇ ਹੈ, ਬੱਚੇ ਅਗਰ ਉਹ ਸੰਸਕਾਰਾਂ ਨੂੰ ਲੈ ਲੈਂਦੇ ਹੈਗੇ ਹੈ, ਗਰੀਬਾਂ ਦੇ ਭਾਵਨਾ ਪ੍ਰਤੀ ਭਾਵਨਾ ਹੋ ਗਈ ਜਾਂ ਕਿਸੇ ਲੋਕ ਜ਼ਰੂਰਤਮੰਦ ਦੀ ਤੁਸੀਂ ਸੇਵਾ ਕਰਦੇ ਹੋ ਜਾਂ ਉਹਦੀ ਜ਼ਰੂਰਤ ਨੂੰ ਪੂਰਾ ਕਰਦੇ ਹੋ ਘੱਟ ਚਾਰਜ ਕਰਕੇ ਜਾਂ ਬਿਨਾਂ ਚਾਰਜ ਕੀਤੇ, ਅਗਰ ਉਹ ਚੀਜ਼ਾਂ ਵੀ ਬੱਚਿਆਂ 'ਚ ਆ ਜਾਂਦੀਆਂ ਹੈਗੀਆਂ ਤਾਂ ਉਸ ਤੋਂ ਉਹ ਤਾਂ ਸੋਨੇ 'ਤੇ ਸੁਹਾਗਾ ਹੋ ਜਾਂਦੀਆਂ ਹੈ। ਸੋ ਮੈਨੂੰ ਬੜਾ ਗਰਵ ਹੈ ਕਿ ਮੇਰਾ ਬੇਟਾ ਵੀ ਨਾਲ ਹੈ ਮੇਰੇ ਔਰ ਅੱਛੀ ਪ੍ਰੈਕਟਿਸ ਉਹ ਕਰਨਾ ਚਾਹੁੰਦਾ ਹੈਗਾ, ਬੜੇ ਐਂਥੂਜ਼ੀਆਜ਼ਮ ਦੇ ਨਾਲ ਮੇਰੇ ਨਾਲ ਜੁੜਿਆ ਹੈ। ਸਭ ਪਹਿਲੇ ਦਿਨ ਤੋਂ ਹੀ ਤੁਹਾਡਾ ਮਾਇੰਡ ਸੈਟਅਪ ਐਸਾ ਰਿਹਾ ਕਿ ਜੋ ਮੇਰੇ ਕੋਲ ਹੈ ਮੈਂ ਉਹਨੂੰ ਵੰਡਣਾ ਔਰ ਕਦੇ ਵੀ ਤੁਸੀਂ ਚੀਜ਼ਾਂ ਛੁਪਾ ਕੇ ਨਹੀਂ ਰੱਖੀਆਂ, ਆਪਣੇ ਆਪ ਨੂੰ ਤੁਸੀਂ ਜੋ ਤੁਹਾਨੂੰ ਨਹੀਂ ਟੈਕਨੀਕ ਆਉਂਦੀ ਸੀ ਤੁਸੀਂ ਲੋਕਾਂ ਨੂੰ ਡਿਸਟ੍ਰੀਬਿਊਟ ਕਰਨ ਦੇ ਵਿੱਚ ਹੀ ਉਹਨੂੰ ਵਧੀਆ ਸਮਝਦੇ ਸੀਗੇ। ਇਹ ਨਹੀਂ ਕਿ ਉਹਨੂੰ ਬੁੱਕਲ ਦੇ ਵਿੱਚ ਜਿੱਦਾਂ ਕਹਿੰਦੇ ਵੀ ਆਪਣੇ ਮਾਇੰਡ ਸੈਟਅਪ ਨੂੰ ਉੱਦਾਂ ਦਾ ਕੀਤਾ, ਔਰ ਉਹੀ ਕਿਰਪਾ ਅੱਜ ਭਗਵਾਨ ਦੀ ਕਿ ਤੁਸੀਂ ਫਿਰ ਵੀ ਨੰਬਰ 1 ਹੋ ਪੰਜਾਬ ਦੇ ਵਿੱਚ। ਸਾਨੂੰ ਦੱਸੋ ਕਿ ਜਿਹੜੀਆਂ ਬੁੱਕਸ ਤੁਸੀਂ ਲਿਖੀਆਂ ਔਰ ਜਿਹੜੀਆਂ ਤੁਸੀਂ ਕਲਾਸਿਸ ਲੈ ਰਹੇ ਹੋ ਉਹਦੇ ਬਾਰੇ ਸਾਨੂੰ ਦੱਸੋ। ਬੇਸਿਕਲੀ ਜਿੱਥੋਂ ਤੱਕ ਡੈਂਟਿਸਟਰੀ ਕੰਸਰਨ ਹੈ, ਮੈਂ ਸ਼ੁਰੂ ਤੋਂ ਹੀ ਅਕੈਡਮਿਕਸ ਨਾਲ ਜੁੜਿਆ ਹੋਇਆ, ਮਤਲਬ ਮੈਂ 23 ਸਾਲ ਡੈਂਟਲ ਕਾਲਜ ਵਿੱਚ ਪੜ੍ਹਾਇਆ ਹੈਗਾ, ਆਪਣੇ ਲਾਈਫ ਦੇ 23 ਸਾਲ ਮੈਂ ਡੈਂਟਲ ਕਾਲਜ ਵਿੱਚ ਦਿੱਤੇ ਹੈ ਔਰ 5 ਸਾਲ ਮੈਂ ਉਹਨਾਂ ਵਿੱਚੋਂ ਮੈਂ ਪ੍ਰਿੰਸੀਪਲ ਰਿਹਾ ਇੱਕ ਡੈਂਟਲ ਕਾਲਜ ਦਾ। ਉੱਥੇ ਮੈਂ ਕਾਫੀ ਸਾਰੇ PG ਸਟੂਡੈਂਟਸ ਟ੍ਰੇਨ ਕੀਤੇ ਹੈ, ਕਾਫੀ ਥੀਸਿਸ ਲਿਖਵਾਈਆਂ ਔਰ ਕਾਫੀ ਮੇਰੇ 23 articles ਜਿਹੜੇ ਹੈ ਉਹ ਮੇਰੇ ਜਰਨਲਸ ਦੇ ਵਿੱਚ ਛਪੇ ਹੋਏ ਹੈਗੇ, ਨੈਸ਼ਨਲ ਔਰ ਇੰਟਰਨੈਸ਼ਨਲ ਜਰਨਲ ਦੇ ਵਿੱਚ। ਬਾਕੀ ਮੈਂ ਇਮਪਲਾਂਟਸ ਦੇ ਕੋਰਸਿਸ ਕੰਡਕਟ ਕਰਦਾ, ਮੇਰੇ ਕਲੀਨਿਕ ਦੇ ਵਿੱਚ ਵੀ ਕੋਰਸਿਸ ਕੰਡਕਟ ਕਰਦੇ ਹੈਗੇ ਜਿਹੜਾ 6 ਮਹੀਨੇ ਦਾ ਮੋਡਿਊਲ ਹੁੰਦਾ,
ਇੰਡੀਆ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਜਾ ਕੇ ਵੀ ਅਸੀਂ ਕੋਰਸਿਸ ਕੰਡਕਟ ਕਰਦੇ ਹਾਂ, ਲੈਕਚਰ ਦਿੰਦੇ ਹਾਂ, ਅਤੇ ਉਹਦੇ ਨਾਲ ਉਹੀ ਜਿਸ ਤਰ੍ਹਾਂ ਮੈਂ ਕਿਹਾ ਪਹਿਲਾਂ ਕਿ ਉਹਦੇ ਨਾਲ ਸਾਡੀ ਆਪਣੀ ਨੌਲੇਜ ਵੀ ਅਪਡੇਟ ਰਹਿੰਦੀ ਹੈਗੀ ਹੈ, ਔਰ ਆਪਣੀ ਨੌਲੇਜ ਨੂੰ ਅਸੀਂ ਡਿਸਟ੍ਰੀਬਿਊਟ ਵੀ ਕਰਦੇ ਹਾਂ ਲੈਕਚਰਸ ਦੇ ਤੌਰ 'ਤੇ। ਬਾਕੀ ਮੇਰੀ ਹੋਬੀ ਜਿਹੜੀ ਹੈ ਉਹ ਟਰੈਵਲਿੰਗ ਹੈ ਔਰ ਫੋਟੋਗ੍ਰਾਫੀ ਹੈ। ਮੈਂ ਸ਼ੁਰੂ ਤੋਂ ਹੀ ਫੋਟੋਗ੍ਰਾਫੀ ਨਾਲ ਜੁੜਿਆ ਹੋਇਆ, ਘੁੰਮਦਾ ਵੀ ਬਹੁਤ ਹਾਂ, ਅਤੇ ਉਸ ਚੱਕਰ ਦੇ ਵਿੱਚ ਫਿਰ ਮੈਂ ਕਾਫੀ ਜ਼ਿਆਦਾ ਆਪਣੀ ਲਾਈਫ ਵਿੱਚ ਫੋਟੋਗ੍ਰਾਫਸ ਇਕੱਠੀਆਂ ਕੀਤੀਆਂ, ਔਰ ਉਹਨਾਂ ਨੂੰ ਫਿਰ ਮੈਂ ਦੋ ਕਿਤਾਬਾਂ ਦੇ ਮਾਧਿਅਮ 'ਤੇ ਲੋਕਾਂ ਦੇ ਵਿੱਚ ਲੈ ਕੇ ਆਇਆ। ਇੱਕ ਕਿਤਾਬ ਹੈਗੀ ਹੈ, ਉਹਦਾ ਨਾਮ ਹੈਗਾ ਐਕਸਪ੍ਰੈਸ਼ਨ ਬਿਯੋਂਡ ਇੰਪ੍ਰੈਸ਼ਨਸ, ਅਤੇ ਉਹ ਕਿਤਾਬ ਜਿਹੜੀ ਹੈ ਉਹ ਆਲ ਓਵਰ ਇੰਡੀਆ ਦੇ ਮੇਰੇ ਟਰੈਵਲਸ ਨੂੰ ਦਰਸਾਉਂਦੀ ਹੈਗੀ ਹੈ, ਜਿਹਦੇ 'ਚ ਕਿ ਮੈਂ ਉਹਨੂੰ ਚਾਰ ਭਾਗਾਂ 'ਚ ਡਿਵਾਈਡ ਕੀਤਾ ਹੈਗਾ, ਔਰ ਉਹਦੇ 'ਚ ਜਿੰਨੀਆਂ ਵੀ ਪਿਕਚਰਸ ਨੇ ਸਾਰੀਆਂ ਮੇਰੀਆਂ ਆਪਣੀਆਂ ਖਿੱਚੀਆਂ ਹੋਈਆਂ, ਔਰ ਉਹਦੇ 'ਚ ਮੈਂ ਲੈਂਡਸਕੇਪਸ, ਪੋਰਟਰੇਟਸ, ਇੰਡੀਵਿਜੁਅਲ ਸਭ ਤਰ੍ਹਾਂ ਦੀ ਫੋਟੋਗ੍ਰਾਫੀ ਕੀਤੀ ਹੈਗੀ ਹੈ, ਔਰ ਮੈਂ ਉਹਦੇ 'ਚ ਨਾਲੇ ਟੈਕਸਟ ਵੀ ਲਿਖਿਆ ਹੈਗਾ, ਉਸ ਜਗ੍ਹਾ ਨੂੰ ਮੈਂ ਥੋੜ੍ਹਾ ਐਕਸਪਲੇਨ ਵੀ ਕੀਤਾ ਹੈਗਾ ਜਿਹੜਾ ਜਿੱਥੇ ਜਿੱਥੇ ਮੈਂ ਗਿਆ ਸੀ ਮੇਰੇ ਲੈਂਸ ਦੇ ਕੈਮਰਾ ਦੇ ਲੈਂਸ ਦੇ ਰਾਹੀਂ। ਦੂਜੀ ਕਿਤਾਬ ਮੇਰੀ ਪਿਛਲੇ ਸਾਲ ਰਿਲੀਜ਼ ਹੋਈ ਸੀਗੀ, ਉਹਦਾ ਨਾਮ ਸੀਗਾ ਸ਼ਟਰ ਸਕੇਪਸ ਅਤੇ ਵਰਲਡ ਟਰੈਵਲ ਕੈਮਰਾ ਐਂਡ ਮੀ। ਉਹਦੇ 'ਚ ਮੈਂ ਮੇਰਾ ਜਿਹੜਾ ਜਿੰਨਾ ਵੀ ਵਰਲਡ ਟਰੈਵਲ ਹੋਇਆ ਹੈਗਾ ਉਹਦੇ 'ਚ ਉਹ ਮੈਂ ਉਹਦੇ 'ਚ ਦਰਸਾਇਆ ਹੈਗਾ, ਸਾਰੀਆਂ ਪਿਕਚਰਸ ਜਿਹੜੀਆਂ ਮੇਰੀਆਂ ਲਈਆਂ ਹੋਈਆਂ ਉਹਦੇ 'ਚ ਹੈਗੀਆਂ, 17 ਕੰਟਰੀਜ਼ ਵਰਲਡ ਦੀਆਂ ਮੈਂ ਉਹਦੇ 'ਚ ਕਵਰ ਕੀਤੀਆਂ ਹੈਗੀਆਂ। ਸੋ ਦੋਨੋਂ ਕਿਤਾਬਾਂ ਬਹੁਤ ਹੀ ਵੈਲ ਐਕਸੈਪਟਿਡ ਨੇ, ਕਾਫੀ ਟੇਬਲ ਬੁੱਕਸ ਨੇ, ਔਰ ਮੇਰੇ ਫਰੈਂਡਸ ਔਰ ਚਾਹੇ ਜਾਣਕਾਰ ਹੋਣ ਜਾਂ ਨੌਨ ਜਾਣਕਾਰ ਹੋਣ ਉਹ ਸਾਰੇ ਉਹਨਾਂ ਬੁੱਕਸ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਨੇ, ਔਰ ਆਪਣੇ ਆਪ ਨੂੰ ਵੀ ਤਸੱਲੀ ਹੁੰਦੀ ਹੈ ਕਿ ਤੁਸੀਂ ਇੱਕ ਡੈਂਟਿਸਟੀ ਤੋਂ ਸਿਵਾ ਵੀ ਕੁਛ ਅਲੱਗ ਚੀਜ਼ ਕਰ ਰਹੇ ਹੋ। ਇੱਕ ਹੋਰ ਮੇਰੀ ਹੋਬੀ ਹੈਗੀ ਹੈ ਗਾਰਡਨਿੰਗ, ਜਿਹੜੀ ਕਿ ਮੈਂ ਬਚਪਨ ਤੋਂ ਹੀ ਕਹੋ ਤੁਸੀਂ ਪਿਛਲੇ 20 ਸਾਲਾਂ ਤੋਂ ਮੈਂ ਫੋਲੋ ਕਰ ਰਿਹਾ, ਔਰ ਮੇਰਾ ਘਰ ਦਾ ਜਿਹੜਾ ਟੈਰਿਸ ਗਾਰਡਨ ਹੈ ਪਿਛਲੇ 15 ਸਾਲ ਤੋਂ ਉਹ ਹੁੱਡਾ ਦੇ ਜਿਹੜਾ ਕੰਪੀਟੀਸ਼ਨ ਹੁੰਦਾ ਹੈ ਮਾਰਚ ਵਿੱਚ ਉੱਥੇ ਉਹ ਫਸਟ ਆਉਂਦਾ ਰਿਹਾ ਹੈ ਬਿਨਾਂ ਨਾਗਾ। ਸੋ ਉਹ ਵੀ ਬੜੇ ਫਖਰ ਦੀ ਗੱਲ ਹੈ, ਉਹ ਗਾਰਡਨ ਦੇ ਵਿੱਚ ਪੌਦਿਆਂ ਨੂੰ ਦੇਖ ਕੇ ਸਾਨੂੰ ਬੜੀ ਤਸੱਲੀ ਹੁੰਦੀ ਹੈ, ਬਹੁਤ ਸ਼ਾਂਤੀ ਮਿਲਦੀ ਹੈ, ਔਰ ਉਹਦੀ ਜਦੋਂ ਅਸੀਂ ਹਰ ਸਾਲ ਲੈਂਡਸਕੇਪਿੰਗ ਚੇਂਜ ਕਰਦੇ ਹਾਂ, ਔਰ ਉਸ ਤੋਂ ਬਾਅਦ ਉੱਥੇ ਜਾ ਕੇ ਬੈਠਣਾ ਔਰ ਜਿਹੜਾ ਦਿੱਲੀ ਸਕੂਨ ਮਿਲਦਾ ਉਹਦਾ ਕੋਈ ਮੁਕਾਬਲਾ ਨਹੀਂ ਹੁੰਦਾ ਹੈਗਾ। ਸੋ ਇਹ ਗਾਰਡਨਿੰਗ ਔਰ ਫੋਟੋਗ੍ਰਾਫੀ, ਟਰੈਵਲਿੰਗ, ਇਹ ਮੇਰੀਆਂ ਹੋਬੀਜ਼ ਨੇ ਜਿਹੜੀਆਂ ਕਿ ਮੈਨੂੰ ਮੇਰੇ ਪ੍ਰੋਫੈਸ਼ਨਲ, ਮੈਂ ਕਹਾਂਗਾ ਪ੍ਰੋਫੈਸ਼ਨਲ ਮੋਨੋਟਨੀ ਨੂੰ ਬ੍ਰੇਕ ਕਰਦੀਆਂ ਹੈਗੀਆਂ, ਜੋ ਕਿ ਬਹੁਤ ਇੰਪੋਰਟੈਂਟ ਹੈ, ਬਿਕੋਜ਼ ਅਦਰਵਾਈਜ਼ ਜੇ ਤੁਸੀਂ ਖਾਲੀ ਪ੍ਰੋਫੈਸ਼ਨਲ ਕੰਮ ਹੀ ਕਰਦੇ ਹੋ ਤਾਂ ਤੁਸੀਂ ਉਹ ਬਸ ਉਹ ਉਸੇ ਦਾਇਰੇ 'ਚ ਹੀ ਰਹਿ ਜਾਂਦੇ, ਪਰ ਤੁਹਾਨੂੰ ਉਸ ਤੋਂ ਬਿਯੋਂਡ ਕੰਮ ਕਰਨਾ ਜ਼ਰੂਰੀ ਹੈ। ਤੁਹਾਡੀ ਜਿਹੜੀ ਪ੍ਰੋਗਰੈਸ ਜਾਂ ਸਕਸੈਸ ਦਾ ਜਿਹੜਾ ਰਾਜ਼ ਮੈਂ ਤਾਂ ਕਹਾਂਗਾ ਕਿ ਉਹੀ ਹੈ ਕਿ ਜੇ ਤੁਸੀਂ ਆਪਣੇ ਜਿਹੜਾ ਹੁਨਰ ਹੈਗਾ ਉਸ ਨੂੰ ਤੁਸੀਂ ਬਾਹਰ ਲੈ ਕੇ। ਸੋ ਇਹ ਸਮਝ ਲਓ ਕਿ ਮੇਰੇ ਹੁਨਰ ਨੇ ਜਿਹੜੇ ਕਿ ਮੈਂ ਕਲਟੀਵੇਟ ਕੀਤੇ ਹੈ ਇਹਨਾਂ ਪਿਛਲੇ 20-25 ਸਾਲਾਂ ਵਿੱਚ। ਅਸਲ ਜਦੋਂ ਤੁਹਾਡੇ ਸਟੂਡੈਂਟ ਜਿਹੜੇ ਦੇਖਦੇ ਆ ਕਿ ਇਸ ਇਨਸਾਨ ਨੇ ਐਨਰਜੀ ਦਾ ਜਿਹੜਾ ਲੈਵਲ ਹੈਗਾ ਉਹ ਹਰੇਕ ਸਟੇਜ 'ਤੇ ਇੰਨਾ ਰੱਖਿਆ, ਉਹ ਇੱਕ ਨਈ ਐਨਰਜੀ ਤੁਸੀਂ ਉਹਨਾਂ 'ਚ ਭਰ ਦਿੰਦੇ ਹੋ ਜਦੋਂ ਤੁਹਾਨੂੰ ਦੇਖਦੇ ਨੇ, ਤੁਹਾਡੀਆਂ ਨਵੀਆਂ ਨਵੀਆਂ ਚੀਜ਼ਾਂ ਦੇਖਦੇ ਨੇ, ਉਹਦੇ ਬਾਰੇ ਕੀ ਕਹਿਣਾ? ਕਿਉਂਕਿ ਜਿਹੜਾ ਬੰਦਾ ਇੱਕ ਵਾਰੀ ਤੁਹਾਡੇ ਨਾਲ ਜੁੜ ਜਾਂਦਾ ਉਹਦਾ ਜਿੱਦਾਂ ਉਹਦੇ 'ਚ ਵੀ ਐਨਰਜੀ ਜਿਹੜੀ ਉਹਦਾ ਲੈਵਲ ਵੀ ਆਪਣਾ ਹੀ ਵੱਧ ਜਾਂਦਾ ਹੈਗਾ, ਔਰ ਤੁਸੀਂ ਹਮੇਸ਼ਾ ਹਰੇਕ ਨੂੰ ਮੋਟੀਵੇਟ ਕਰਦੇ ਹੋ, ਹਰੇਕ ਨੂੰ ਚੱਕਦੇ ਹੋ। ਦੇਖੋ ਐਕਚੁਅਲੀ ਤਾਂ ਹੁਣ ਕਹਿਣਾ ਤਾਂ ਕਹਿਣ 'ਚ ਫਕਰ ਵੀ ਹੁੰਦਾ, ਬਟ ਆਪਣੇ ਮੂੰਹ ਬੋਲੀ ਗੱਲ ਕਹਿੰਦਿਆਂ ਲੱਗਦਾ ਅਜੀਬ ਜਿਹਾ, ਬਟ ਜ਼ਿਆਦਾਤਰ ਮੇਰੇ ਜਿਹੜੇ ਸਟੂਡੈਂਟਸ ਨੇ ਜਾਂ ਸਾਡੇ ਫੈਲੋ ਕਲੀਗਸ ਨੇ ਉਹ ਜਦੋਂ ਸਾਨੂੰ ਆਪਣਾ ਰੋਲ ਮਾਡਲ ਸਮਝਦੇ ਹੈ ਔਰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਹੈ ਤਾਂ ਉਹਦੇ ਨਾਲ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈਗਾ ਕਿ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹ ਤੁਹਾਨੂੰ ਦੱਸਦੇ ਵੀ ਨੇ ਕਿ ਸਰ ਤੁਸੀਂ ਤਾਂ ਸਾਡੇ ਰੋਲ ਮਾਡਲ ਹੋ, ਤੁਹਾਡੀ ਐਨਰਜੀ ਬਹੁਤ ਜ਼ਿਆਦਾ ਹੈ, ਤੁਸੀਂ ਅਲੱਗ ਅਲੱਗ ਕੰਮ ਕਰਦੇ ਹੋ, ਸਾਨੂੰ ਚੰਗਾ ਲੱਗਦਾ ਹੈਗਾ, ਅਸੀਂ ਵੀ ਇੱਦਾਂ ਕਰਾਂਗੇ। ਸੋ ਇਹ ਸਾਰੀਆਂ ਚੀਜ਼ਾਂ ਦੇਖ ਕੇ ਮੇਨਲੀ ਮਨ ਦੀ ਜਿਹੜੀ ਸੈਟਿਸਫੈਕਸ਼ਨ ਹੈ ਉਹੀ ਸਾਡੀ ਆਪਣੀ ਪੂੰਜੀ ਹੈਗੀ ਹੈ, ਔਰ ਉਸ ਚੀਜ਼ ਨੂੰ ਅਸੀਂ ਰੈਲਿਸ਼ ਕਰਦੇ ਆਏ ਹਾਂ ਔਰ ਆਉਣ ਵਾਲੇ ਫਿਊਚਰ 'ਚ ਵੀ ਕਰਦੇ ਰਹਾਂਗੇ। ਡਾਕਟਰ ਸਾਹਿਬ ਟੋਪਿਕ ਇੰਨੇ ਜ਼ਿਆਦਾ ਨੇ ਕਿ ਅਸੀਂ ਤੁਹਾਡੇ ਨਾਲ ਡਿਸਕਸ ਕਰੀ ਜਾਵਾਂਗੇ, ਜਿੱਦਾਂ ਮੈਂ ਕਿਹਾ
ਸਾਨੂੰ ਮਿਊਜ਼ੀਅਮ ਦੇ ਬਾਰੇ ਦੱਸੋ ਕਿ ਇੱਕ ਨਈ ਅਨੁੱਠੀ ਜਿਹੜੀ ਸੋਚ ਆ ਤੁਹਾਡੀ ਉਹ ਕਿਵੇਂ ਹੋਈ ਔਰ ਉਹਦੇ ਲਈ ਸਾਨੂੰ ਸਾਰਾ ਸਾਡੇ ਦਰਸ਼ਕਾਂ ਨੂੰ ਦੇਖਣਾ ਹੋਇਆ। ਮੇਰੇ ਸ਼ੁਰੂ ਤੋਂ ਹੀ ਕਾਫੀ ਜਿਹੜੀ ਇੰਡੀਅਨ ਡੈਂਟਿਸਟ ਇੰਡੀਅਨ ਨਹੀਂ ਡੈਂਟਿਸਟਰੀ ਦੇ ਵਿੱਚ ਹਿਸਟਰੀ ਦਾ ਕਾਫੀ ਜ਼ਿਆਦਾ ਮੈਨੂੰ ਇੰਟਰਸਟ ਰਿਹਾ ਹੈਗਾ ਅਤੇ ਉਸ ਦੇ ਵਾਸਤੇ ਮੈਂ ਫਿਰ ਅੱਜ ਤੋਂ 15-20 ਸਾਲ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ। ਜਿਹੜੇ ਪਾਇਨੀਅਰਸ ਇਨ ਡੈਂਟਿਸਟਰੀ ਸੀਗੇ ਜਿਹੜੇ ਕਿ ਸਮਝ ਲਓ ਕਿ ਵਰਲਡ ਓਵਰ ਡੈਂਟਿਸਟਰੀ ਦੇ ਜਿਹੜੇ ਜਨਮਦਾਤਾ ਸੀਗੇ ਜਿਨ੍ਹਾਂ ਨੇ ਅਲੱਗ ਅਲੱਗ ਫੀਲਡਸ ਦੇ ਵਿੱਚ ਕਾਫੀ ਮੇਜਰ ਕੰਮ ਕੀਤਾ ਹੋਇਆ ਸੀਗਾ ਅਤੇ ਉਹਨਾਂ ਦੇ ਅਸੀਂ ਬਸਟ ਬਣਾਉਣੇ ਸ਼ੁਰੂ ਕੀਤੇ। ਮੇਰਾ ਇੱਕ ਫਰੈਂਡ ਸੀਗਾ ਉਹ ਬਹੁਤ ਅੱਛਾ ਸਕਲਪਟਰ ਸੀਗਾ ਅਤੇ ਉਹ ਉਹਨਾਂ ਦੀ ਮਦਦ ਲੈ ਕੇ ਅਤੇ ਅਸੀਂ ਉਹਨਾਂ ਦੇ ਜਿਹੜੇ ਸਹੂਲਤਾਂ ਬਣਾਈਆਂ ਰੀਕ੍ਰੀਏਟ ਕੀਤੀਆਂ। ਹੋਰ ਪੁਰਾਣੀਆਂ ਡੈਂਟਿਸਟਰੀ ਦੇ ਰਿਲੇਟਿਡ ਅਸੀਂ ਕਈ ਸਾਰੇ ਪੋਸਟਰਸ ਬਣਾਏ, ਕਈ ਸਾਰੇ ਮਾਡਲਸ ਬਣਾਏ ਅਤੇ ਇੰਡੀਆ ਦਾ ਫਸਟ ਐਂਡ ਓਨਲੀ ਵਨ ਮਿਊਜ਼ੀਅਮ ਆਫ ਹਿਸਟਰੀ ਆਫ ਡੈਂਟਿਸਟਰੀ ਮੇਰੇ ਆਪਣੇ ਕਲੀਨਿਕ ਵਿੱਚ ਹੈ ਔਰ ਉਹ ਤੁਹਾਨੂੰ ਹੁਣੇ ਚਲੋ ਦਿਖਾਵਾਂਗੇ। ਔਰ ਇਹ ਇੱਦਾਂ ਦੇ ਬਸਟ ਕਿਸੇ ਕੋਲ ਨਹੀਂ ਹੈਗੇ, ਇਹ ਅਸੀਂ ਬਣਾਏ ਹੋਏ ਹੈਗੇ ਹਾਂ ਆਪਣੇ ਹੱਥੀਂ ਔਰ ਇਹ ਇੱਕ ਯੂਨੀਕ ਚੀਜ਼ ਹੈ ਜਿਹੜੀ ਕਿ ਜਿਸ ਨੂੰ ਦੇਖਣ ਵਾਸਤੇ ਜਗ੍ਹਾ ਜਗ੍ਹਾ ਤੋਂ ਖਾਸ ਕਰ ਸਟੂਡੈਂਟਸ ਲੋਕ ਜੇ ਉਹ ਹਿਸਟਰੀ ਨੂੰ ਜਾਣਨਾ ਚਾਹੁੰਦੇ ਹੈਗੇ ਹੈ ਤਾਂ ਉਹ ਸਾਡੇ ਇੱਥੇ ਆਉਂਦੇ ਹੈ ਔਰ ਉਹਨਾਂ ਨੂੰ ਇੰਜੋਏ ਕਰਦੇ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਇੱਕ ਡਾਕਟਰ ਦੇ ਨਾਲ ਨਾਲ ਇੱਕ ਐਸੇ ਕ੍ਰੀਏਟਿਵ ਇਨਸਾਨ ਨੂੰ ਜਿਸ ਨੇ ਕਿ ਆਪਣੀ ਜ਼ਿੰਦਗੀ ਨੂੰ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਮੈਂ ਇੰਨਾ ਪੋਜ਼ਿਟਿਵ ਹੋ ਕੇ ਅਗਰ ਮੈਂ 28 ਸਾਲਾਂ ਦੇ ਵਿੱਚ ਅੱਜ ਵੀ ਪਾਇਨੀਅਰ ਔਰ ਇੱਕ ਆਪਣੀ ਪੋਜੀਸ਼ਨ ਨੂੰ ਕਾਇਮ ਰੱਖਣਾ ਇਟਸ ਵੈਰੀ ਡਿਫੀਕਲਟ। ਅਗਰ ਤੁਸੀਂ ਇੱਕ ਵਾਰੀ ਨੰਬਰ 1 'ਤੇ ਆ ਜਾਂਦੇ ਹੋ ਅਤੇ ਬਾਅਦ ਵਿੱਚ ਕੁਰਸੀਆਂ ਜਿਹੜੀਆਂ ਖਿਸਕਣੀਆਂ ਵੀ ਸ਼ੁਰੂ ਹੋ ਜਾਂਦੀਆਂ, ਲੇਕਿਨ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਐਨਰਜੀ ਨੂੰ ਉਸ ਨੂੰ ਦੂਸਰੀ ਤਰਫ ਵੀ ਉਨਾ ਹੀ ਉਹਨਾਂ ਨੂੰ ਮਜ਼ੇ ਲੈਂਦੇ ਹੋ, ਉਨਾ ਹੀ ਆਪਣੀ ਲਾਈਫ ਨੂੰ ਇੰਜੋਏ ਕਰਦੇ ਹੋ ਜਿੱਦਾਂ ਤੁਸੀਂ ਗਾਰਡਨਿੰਗ ਦਾ ਤੁਹਾਨੂੰ ਸ਼ੌਂਕ ਹੈ। ਔਰ ਅਸੀਂ ਚਾਹਵਾਂਗੇ ਕਿ ਹਰ ਇਨਸਾਨ ਇੱਕ ਐਸੀ ਭਾਵਨਾ ਲੈ ਕੇ ਇੱਕ ਐਸੇ ਇਨਸਾਨ ਪੋਜ਼ਿਟਿਵ ਇਨਸਾਨਾਂ ਦੀ ਜਿਹਨਾਂ ਦੇ ਫੇਸ ਦੇ ਆਪਾਂ ਦੇਖ ਰਹੇ ਹਾਂ। ਦਸਾਂ ਕਹਿ ਰਿਹਾ ਮੈਨੂੰ 28 ਸਾਲ ਪ੍ਰੈਕਟਿਸ ਦੇ ਹੋ ਗਿਆ, ਅੱਜ ਵੀ ਗੱਲਾਂ ਗੁੱਲਾਂ ਪੂਰੀਆਂ ਆਪਾਂ ਦੇਖ ਸਕਦੇ ਹਾਂ, ਪੂਰੀਆਂ ਲਾਲੀ ਗੱਲਾਂ ਦੇ ਉੱਪਰ ਹੈ ਔਰ ਅੱਖਾਂ ਦੇ ਵਿੱਚ ਪੂਰੀ ਰੌਣਕ ਹੈ। ਦਸਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਧੰਨਵਾਦ। ਵਿਰਵਾ ਦੇ ਚਿਕਨੇ ਚਿਕਨ ਪਾਤ ਦੇ ਅਨੁਸਾਰ ਡਾਕਟਰ ਸੰਜੇ ਕਲਰਾ ਜਿਨ੍ਹਾਂ ਦੇ ਹੋਣਹਾਰ ਬੇਟੇ ਡਾਕਟਰ ਰਿਚਰਡ ਕਲਰਾ ਜਿਹੜੇ ਕਿ ਹੁਣੇ ਹੁਣੇ 2 ਮਹੀਨੇ ਹੀ ਹੋਏ ਨੇ ਇਹਨਾਂ ਨੂੰ ਇਸ ਹੋਸਪਿਟਲ ਨੂੰ ਜੁਆਇਨ ਕੀਤੇ ਹੋਏ ਔਰ 2 ਮਹੀਨਿਆਂ ਦੇ ਵਿੱਚ ਇਹਨਾਂ ਨੇ ਆਪਣਾ ਇੱਕ ਖਾਸ ਮੁਕਾਮ ਜਿਹੜਾ ਹੈਗਾ ਹੋਸਪਿਟਲ ਦੇ ਵਿੱਚ ਆਪਣਾ ਦਿਖਾਇਆ ਹੈ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਡਾਕਟਰ ਸਾਹਿਬ ਸਾਨੂੰ ਦੱਸੋ ਕਿ ਇੱਕ 28 ਸਾਲ ਦਾ ਪੁਰਾਣਾ ਤਜਰਬਾ ਔਰ ਇੱਕ ਨਈਆਂ ਟੈਕਨੀਕਸ ਜਿਹੜੇ ਤੁਸੀਂ ਨਈ ਨਈ ਟੈਕਨੀਕਸ ਲੈ ਕੇ ਆਏ ਹੋ, ਇਹਨਾਂ ਦਾ ਦੋਨਾਂ ਦਾ ਸੁਮੇਲ ਕਿੰਨਾ ਕੁ ਲਾਭਵੰਦ ਰਹੇਗਾ ਲੋਕਾਂ ਦੇ ਲਈ?
ਇਹਦਾ ਤਾਂ ਬਹੁਤ ਫਾਇਦੇਮੰਦ ਰਹੇਗਾ ਸਾਰਿਆਂ ਲਈ। ਸਾਡਾ ਪ੍ਰੈਕਟਿਸ ਇਜ 28 ਈਅਰਸ ਓਲਡ, ਬਟ ਸਾਡਾ ਹਮੇਸ਼ਾ ਹੀ ਇਹ ਏਮ ਰਿਹਾ ਕਿ ਸਾਡੇ ਪੇਸ਼ੈਂਟਸ ਲਈ ਵਟ ਐਵਰ ਦ ਲੇਟੈਸਟ ਟੈਕਨੋਲੋਜੀ ਹੈਗੀ ਆ ਉਹ ਉਹਨਾਂ ਲਈ ਰਹੇ, ਅਤੇ ਉਹੀ ਚੀਜ਼ ਮੈਂ ਅੱਗੇ ਲੈ ਕੇ ਜਾਵਾਂਗਾ। ਦੈਟ ਇਜ਼ ਵਟ ਮਾਈ ਏਮ ਇਜ਼। ਡਾਕਟਰ ਸਾਹਿਬ, ਜਿੱਦਾਂ ਤੁਸੀਂ ਦੇਖਦੇ ਹੋ ਆਪਣੇ ਫਾਦਰ ਦੀ ਨਰਸੀ ਨੂੰ, ਬੜੇ ਕ੍ਰੀਏਟਿਵ ਇਨਸਾਨ, ਔਰ ਜਿਸ ਤਰੀਕੇ ਦੇ ਨਾਲ ਫੋਟੋਗ੍ਰਾਫੀ ਦੇ, ਜਿਸ ਤਰੀਕੇ ਨਾਲ ਗਾਰਡਨਿੰਗ, ਜਿਸ ਤਰੀਕੇ ਨਾਲ ਇੱਕ ਪੋਇਟ ਆਫ ਨਰਸੀ ਸਲੰਪੀ ਏਰੀਆ ਜਾ ਕੇ ਸੇਵਾ ਕਰਨੀ, ਕਿੰਨੇ ਤੁਸੀਂ ਮੋਟੀਵੇਟ ਹੁੰਦੇ ਹੋ ਜਦੋਂ ਤੁਹਾਨੂੰ ਸਟੂਡੈਂਟ ਆ ਕੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਲੱਗੇ ਹੋਏ ਸਟੂਡੈਂਟ ਜਿਹੜੇ ਪੈਰਾਂ ਨੂੰ ਉਹਨਾਂ ਦੇ ਛੂੰਹਦੇ ਨੇ, ਕਿੰਨਾ ਤੁਸੀਂ ਮੋਟੀਵੇਟ ਹੁੰਦੇ ਹੋ? ਬਹੁਤ ਜ਼ਿਆਦਾ ਜੀ, ਉਹ ਤਾਂ ਮੇਰੀ ਸਭ ਤੋਂ ਵੱਡੀ ਇੰਸਪੀਰੇਸ਼ਨ ਨੇ। ਉਹਨਾਂ ਤੋਂ ਮੈਂ ਆਹ ਸਿੱਖਿਆ ਕਿ ਉਹਨਾਂ ਤੋਂ ਮੈਂ ਇਸ ਚੀਜ਼ ਸਿੱਖੀ ਹੈ ਕਿ ਸਹੀ ਕੰਮ ਕਰੋ ਹਮੇਸ਼ਾ, ਚਾਹੇ ਜੋ ਮਰਜ਼ੀ ਹੋ, ਤੁਸੀਂ ਕੁਛ ਗਲਤ ਨਹੀਂ ਕਰਨਾ ਕਿਸੇ ਨਾਲ, ਜੇ ਕੁਛ ਗਲਤੀ ਕੀਤੀ ਹੈ ਤਾਂ ਉਹ ਮੰਨ ਲਓ, ਅਤੇ ਉਹਦੇ ਨਾਲ ਨਾਲ ਕੰਮ ਦੇ ਨਾਲ ਨਾਲ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਅਤੇ ਸੋਸ਼ਲ ਸਰਵਿਸ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ। ਆਪਾਂ ਬਹੁਤ ਫੋਰਚੁਨੇਟ ਨੇ ਦੈਟ ਵੀ ਆਰ ਬੋਰਨ ਇਨ ਵੈਲ ਬਰੋਟ ਅਪ ਫੈਮਿਲੀ, ਸਾਡੇ ਪੇਰੈਂਟਸ ਨੇ ਬਹੁਤ ਮਿਹਨਤ ਕੀਤੀ ਹੈ ਇਸ ਮੁਕਾਮ ਤੱਕ ਪਹੁੰਚਣ ਲਈ, ਅਤੇ ਜਿਹੜੇ ਲੈੱਸ ਫੋਰਚੁਨੇਟ ਲੋਕ ਨੇ ਉਹਨਾਂ ਦੀ ਹੈਲਪ ਕਰਨਾ ਬਹੁਤ ਜ਼ਰੂਰੀ ਹੈ। ਇਹ ਮੈਂ ਉਹਨਾਂ ਤੋਂ ਹੀ ਸਿੱਖਿਆ, ਮੈਂ ਮਾਈ ਮਦਰ ਆਲਸੋ ਮਾਈ ਫਾਦਰ। ਡਾਕਟਰ ਰੁਚਰ ਕਲਰਾ, ਸਾਨੂੰ ਦੱਸੋ ਕਿ ਅੱਜ ਦੀ ਡੈਂਟਿਸਟਰੀ ਅਤੇ ਪਹਿਲਾਂ ਦੀ ਡੈਂਟਿਸਟਰੀ ਦੇ ਵਿੱਚ ਫਰਕ ਤੁਹਾਨੂੰ ਕਿੱਦਾਂ ਲੱਗ ਰਿਹਾ? ਹੁਣ ਤੁਸੀਂ ਬੜੀ ਕੁਇਕਲੀ, ਕਿਉਂਕਿ ਆਪਾਂ ਆਪਣੇ ਮਨ ਦੀ ਸਟੇਜ ਦੇਖੀਏ, ਆਪਾਂ ਅੱਜ ਕੱਲ੍ਹ ਕੱਲ੍ਹ ਹੀ ਆਪਣੇ ਮਨ ਨੂੰ ਲੱਗੀ ਹੁੰਦੀ ਹਰ ਚੀਜ਼ ਦੀ, ਔਰ ਉਹੀ ਪੇਸ਼ੈਂਟ ਦੀ ਹੈ, ਔਰ ਉਹਨਾਂ ਨੂੰ ਤੁਸੀਂ ਆਪਣੇ ਮਨ 'ਚ ਰੱਖਦੇ ਹੋਏ ਤੁਸੀਂ ਇਸ ਕਲੀਨਿਕ ਨੂੰ ਇੱਦਾਂ ਦਾ ਬਣਾਇਆ ਵੀ ਜਿਸ ਤਰੀਕੇ ਦਾ ਇਨਸਾਨ ਆਉਂਦਾ ਉਸੇ ਤਰੀਕੇ ਨਾਲ ਉਹਨੂੰ ਪੋਜ਼ਿਟਿਵਿਟੀ ਦੇ ਕੇ ਉਹਨੂੰ ਉਨਾ ਹੀ ਟਾਈਮ ਕੰਜ਼ੂਮਿੰਗ ਘੱਟ ਕਰਕੇ ਉਹਦੇ ਬਾਰੇ ਦੱਸੋ। ਸਾਡੀ ਇਹ ਹੈ ਏਮ ਹੈਗਾ ਜੀ ਦੀ ਵੀ ਪ੍ਰੋਵਾਈਡ ਦ ਬੈਸਟ ਟ੍ਰੀਟਮੈਂਟ ਟੂ ਆਰ ਪੇਸ਼ੈਂਟਸ, ਅਤੇ ਟ੍ਰੀਟਮੈਂਟ ਬੈਸਟ ਵੀ ਹੋਣਾ ਚਾਹੀਦਾ ਹੈ, ਅਤੇ ਜੇ ਟਾਈਮ ਤਾਂ ਇਹ ਸੈਕੰਡਰੀ, ਮੇਰਾ ਇਹ ਮੰਨਣਾ ਹੈਗਾ, ਕੁਆਲਿਟੀ ਹੁੰਦਾ ਹੈ ਜੀ ਸਭ ਤੋਂ ਇੰਪੋਰਟੈਂਟ। ਵਧੀਆ ਟ੍ਰੀਟਮੈਂਟ ਦੇਣਾ ਜ਼ਿਆਦਾ ਜ਼ਰੂਰੀ ਹੈ, ਜੇ ਪੇਸ਼ੈਂਟ ਖੁਸ਼ ਗਿਆ ਤਾਂ ਟਾਈਮ ਤਾਂ ਬਾਅਦ 'ਚ ਯੂ ਕੈਨ ਗੈਟ ਇਟ ਬੈਕ, ਬਟ ਸਭ ਤੋਂ ਇੰਪੋਰਟੈਂਟ ਹੈਗਾ ਕਿ ਤੁਸੀਂ ਬੈਸਟ ਕੁਆਲਿਟੀ ਟ੍ਰੀਟਮੈਂਟ ਪ੍ਰੋਵਾਈਡ ਕਰੋ, ਪੇਸ਼ੈਂਟ ਨਾਲ ਟਾਈਮ ਸਪੈਂਡ ਕਰੋ, ਉਹਦੀ ਪ੍ਰੋਬਲਮ ਨੂੰ ਸੁਣੋ, ਸਮਝੋ। ਸਭ ਤੋਂ ਜ਼ਿਆਦਾ ਜ਼ਰੂਰੀ ਉਹੀ ਹੈ, ਅਤੇ ਉਹੀ ਇੱਕ ਚੀਜ਼ ਹੈ ਜਿਹੜੇ ਮੋਸਟ ਡੈਂਟਿਸਟ ਅਤੇ ਮੋਸਟ ਡਾਕਟਰਸ ਲੈਕ ਕਰਦੇ ਨੇ, ਕਿ ਉਹ ਸਮਝ ਹੀ ਨਹੀਂ ਪਾਉਂਦੇ ਕਿ ਪੇਸ਼ੈਂਟ ਨੂੰ ਪ੍ਰੋਬਲਮ ਕੀ ਹੈ। ਜੇ ਤੁਸੀਂ ਮੇਨ ਉਹਦੀ ਗੱਲ ਸੁਣ ਲਓਗੇ ਉਹਦੇ ਬਾਅਦ ਹੀ ਤੁਸੀਂ ਇੱਕ ਕਰੈਕਟ ਡਾਇਗਨੋਸਿਸ 'ਤੇ ਆ ਸਕਦੇ ਹੋ ਅਤੇ ਕਰੈਕਟ ਟ੍ਰੀਟਮੈਂਟ ਉਹਨੂੰ ਦੇ ਸਕਦੇ। ਤੁਸੀਂ ਇੱਕ ਐਸਾ ਸੈਂਟਰ ਜਿਸ ਦੇ ਵਿੱਚ ਜਦੋਂ ਬੰਦਾ ਆ ਜਾਂਦਾ ਅਤੇ ਦੰਦਾਂ ਦੀ ਕੋਈ ਵੀ ਚੀਜ਼ ਲੈ ਕੇ ਆ ਜਾਵੇ ਵਰਡ ਦੀ, ਉਹੀ ਉਹ ਅਲਾਜ਼ੇਬਲ ਹੈ ਇੱਥੇ, ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਕਿ ਸਾਡੇ ਸੈਂਟਰ ਨੂੰ ਇੱਕ ਐਸਾ ਸੈਂਟਰ ਸਾਡੇ ਫਾਦਰ ਨੇ ਬਣਾਤਾ ਕਿ ਇਹ ਸੈਂਟਰ ਦੇ ਵਿੱਚ ਹਰ ਚੀਜ਼ ਦੰਦਾਂ ਦੀ ਹੋ ਸਕਦੀ ਹੈ? ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹ ਤਾਂ ਹੈਗਾ ਜੀ, ਪਾਪਾ 28 ਈਅਰਸ ਪਹਿਲਾਂ ਜਦੋਂ ਹੀ ਸਟਾਰਟਿਡ, ਵਨ ਰੂਮ ਦਾ ਕਲੀਨਿਕ ਸੀਗਾ ਸਾਡਾ, ਘਰ ਸੀਗਾ, ਇੱਕ ਰੂਮ ਦਾ ਕਲੀਨਿਕ ਸੀਗਾ, ਵਨ ਚੇਅਰ ਸੀਗੀ, ਅਤੇ ਹੁਣ ਵੀ ਕੈਨ ਪ੍ਰੋਵਾਈਡ ਆਲਮੋਸਟ ਐਨੀਥਿੰਗ ਦੈਟ ਇਜ਼ ਦੇਅਰ, ਸਾਰਾ ਟ੍ਰੀਟਮੈਂਟ ਜੋ ਵੀ ਅਵੇਲੇਬਲ ਹੈਗਾ ਪੂਰੀ ਦੁਨੀਆ ਵਿੱਚ ਸਾਡੇ ਕਲੀਨਿਕ ਇੱਥੇ ਅਵੇਲੇਬਲ ਹੈਗਾ ਸਾਡੇ ਸਾਰੇ ਕਲਾਇੰਟਸ ਲਈ, ਅਤੇ ਮੈਨੂੰ ਤਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਆਈ ਐਮ ਵੈਰੀ ਪ੍ਰਾਊਡ ਆਫ ਮਾਈ ਫਾਦਰ ਔਰ ਮਾਈ ਮਦਰ ਦੈਟ ਇੰਨੀ ਮਿਹਨਤ ਕੀਤੀ ਹੈ ਉਹਨਾਂ ਨੇ, ਅਤੇ ਆਪਾਂ ਇਸ ਅੱਜ ਦੀ ਡੇਟ ਵਿੱਚ ਵੀ ਆਰ ਪ੍ਰੋਵਾਈਡਿੰਗ ਵਰਲਡ ਕਲਾਸ ਟ੍ਰੀਟਮੈਂਟ। ਡਾਕਟਰ ਸਾਹਿਬ, ਚਾਹੇ ਉਹ ਕਿਹੜਾ ਮਰਜ਼ੀ ਕੰਟਰੀ ਹੋਏ, ਇੰਡੀਆ ਹੋਏ, ਚਾਹੇ ਉਹ ਫੋਰਨ ਦੇ ਕੰਟਰੀਜ਼ ਹੋਣ, ਹਰ ਜਗ੍ਹਾ ਦੇ ਉੱਤੇ ਡਾਕਟਰ ਤੁਹਾਡੇ ਜਿਹੜੇ ਸੈਂਟਰ ਹੈਗਾ ਉਹ ਅਪੁਆਇੰਟਮੈਂਟਸ ਲੈ ਕੇ ਲੋਕ ਦੋ ਦੋ ਮਹੀਨੇ ਪਹਿਲਾਂ, ਤਿੰਨ ਤਿੰਨ ਮਹੀਨੇ ਪਹਿਲਾਂ, ਉਹਦੇ ਬਾਰੇ ਕੀ ਕਹਿਣਾ ਚਾਹੋ? ਇਹ ਤਾਂ ਹੈਗਾ ਹੀ ਜੀ, ਉਹ ਕਿ ਆਪਣਾ ਹੁਣ ਬਿਜ਼ੀ ਸ਼ਡਿਊਲ ਇੰਨਾ ਜ਼ਿਆਦਾ ਹੈਗਾ ਕਿ ਕੀ ਕਰੀਏ, ਫਿਰ ਪੇਸ਼ੈਂਟਸ ਨੂੰ ਥੋੜ੍ਹਾ ਜਿਹਾ ਸਫ਼ਰ ਕਰਨਾ ਪੈਂਦਾ, ਬਟ ਦੈਨ ਉਹਨਾਂ ਦਾ ਫੇਥ ਜਿਹੜਾ ਹੈਗਾ ਸਾਡੇ ਉੱਤੇ, ਦੈਟ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਵੀ ਆਰ ਵੈਰੀ ਥੈਂਕਫੁਲ ਟੂ ਆਲ ਆਰ ਪੇਸ਼ੈਂਟਸ ਕਿ ਉਹ ਇੰਨਾ ਫੇਥ ਰੱਖਦੇ ਨੇ, ਵੇਟ ਕਰਦੇ ਨੇ। ਈਵਨ ਇੱਥੇ ਵੀ ਤੁਸੀਂ ਦੇਖੋਗੇ ਦੈਟ ਵਨ ਆਫ ਦ ਮੋਸਟ ਕਾਮਨ ਕੰਪਲੇਂਟ ਆਫ ਸਮ ਆਫ ਆਰ ਪੇਸ਼ੈਂਟ ਆਹ ਹੈਗੀ ਕਿ ਤੁਹਾਡਾ ਵੇਟਿੰਗ ਟਾਈਮ ਬਹੁਤ ਜ਼ਿਆਦਾ ਹੈ। ਬਟ ਹੁਣ ਕੀ ਕਰੀਏ, ਇੱਥੇ ਆ ਕੇ ਕਦੇ ਕਦੇ ਪੇਸ਼ੈਂਟਸ ਨੂੰ ਅੱਧਾ ਅੱਧਾ ਘੰਟਾ ਵੀ ਵੇਟ ਕਰਨਾ ਪੈਂਦਾ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨਾ ਛੇਤੀ ਹੋ ਸਕੇ ਬੁਲਾ ਸਕੀਏ, ਬਟ ਕਦੇ ਕਦੇ ਹੋ ਜਾਂਦਾ ਹੈ ਡਿਲੇ। ਦੱਸੋ, ਜਿਹੜਾ ਛੋਟਾ ਜਿਹਾ ਬੂਟਾ ਲਗਾਇਆ ਸੀ ਡਾਕਟਰ ਸਾਹਿਬ ਨੇ, ਅੱਜ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰ ਚੁੱਕਿਆ ਹੈ,
ਔਰ ਤੁਸੀਂ ਕੀ ਸੋਚਦੇ ਹੋ ਕਿ ਮੈਂ ਆਪਣੇ ਫਾਦਰ ਦੇ ਨੇਮ ਨੂੰ ਜਿਹੜਾ ਉਹਨਾਂ ਨੇ ਅੱਜ ਸੰਜੇ ਕਲੜਾ ਸਾਰੇ ਪੰਜਾਬ ਹਿੰਦੁਸਤਾਨ ਵਰਲਡ 'ਚ ਕਰਾ ਤਾ, ਆਉਣ ਵਾਲੇ ਸਮੇਂ 'ਚ ਕੀ ਸੋਚਦੇ ਤੁਸੀਂ ਉਹਨਾਂ ਦੇ ਨਾਮ ਨੂੰ ਕਿਵੇਂ ਚਾਰ ਚੰਦ ਲਗਾਉਣੇ, ਅਤੇ ਤੁਸੀਂ ਆਪਣੇ ਆਪ ਨੂੰ ਕਿ ਲੋਕ ਇਹ ਵੀ ਕਹਿਣ ਵੀ ਸੰਜੇ ਦਾ ਜਿਹੜਾ ਬੇਟਾ ਰਿਚਰਡ ਹੈ ਉਹ ਵੀ ਇੱਕ ਹੀਰੋ? ਹਾਂਜੀ, ਇਹ ਤਾਂ ਜੀ ਹੈਗਾ ਹੀ, ਪਾਪਾ ਨੇ ਬਹੁਤ ਹਾਈ ਸਟੈਂਡਰਡ ਸੈੱਟ ਕੀਤੇ ਨੇ, ਬਟ ਉਹੀ ਹੈ, ਮੈਂ ਉਹਨਾਂ ਦਾ ਉਹਨਾਂ ਤੋਂ ਉਹੀ ਕਹਿੰਦੇ ਨੇ ਕਿ ਐਮ ਡੀ ਐਸ ਵਿੱਚ ਤੁਸੀਂ ਕੰਮ ਸਿੱਖ ਲੈਂਦੇ ਹੋ, ਬਟ ਪੇਸ਼ੈਂਟਸ ਨਾਲ ਕਿਵੇਂ ਡੀਲਿੰਗ ਕਰਨੀ ਹੈ ਉਹ ਤੁਸੀਂ ਜਦੋਂ ਪ੍ਰੈਕਟਿਸ ਵਿੱਚ ਆਉਂਦੇ ਹੋ ਤਾਂ ਹੀ ਸਿੱਖਦੇ ਹੋ, ਤਾਂ ਦੈਟ ਇਜ਼ ਵਾਟ ਆਈ ਐਮ ਟਰਾਇੰਗ ਟੂ ਲਰਨ। ਟਾਈਮ ਤਾਂ ਲੱਗੂਗਾ ਥੋੜ੍ਹਾ ਜਿਹਾ, ਬਟ ਮੈਨੂੰ ਪਤਾ ਹੈ ਮੈਂ ਬੈਸਟ ਤੋਂ ਲਰਨ ਕਰ ਰਿਹਾ, ਅਤੇ ਇੱਕ ਟਾਈਮ 'ਤੇ ਮੈਨੂੰ ਲੱਗਦਾ ਆਈ ਵਿਲ ਬੀ ਏਬਲ ਟੂ ਮੈਚ ਅਪ ਟੂ ਹਿਸ ਸਟੈਂਡਰਡਸ। ਬਾਕੀ ਆਹੀ ਏਮ ਹੈਗਾ ਜੀ, ਇਸ ਪ੍ਰੈਕਟਿਸ ਨੂੰ ਹੋਰ ਅੱਗੇ ਲੈ ਕੇ ਜਾਣਾ, ਹੋਰ ਬੈਟਰ ਬਣਾਉਣਾ, ਹੋਰ ਲੇਟੈਸਟ ਟੈਕਨੀਕ ਲੈ ਕੇ ਆਉਣੀ ਹੈ ਇੱਥੇ ਸਾਡੇ ਪੰਚਕੂਲੇ ਵਿੱਚ, ਸਾਡੇ ਪੰਜਾਬ ਵਿੱਚ, ਅਤੇ ਨਾਲ ਨਾਲ ਥੋੜ੍ਹਾ ਜਿਹਾ ਹੋਰ ਵੀ ਐਡ ਕਰਾਂਗੇ ਕੁਛ। ਮੇਰਾ ਹੋਰ ਵੀ ਪਲਾਨ ਹੈਗਾ ਕਿ ਆਪਾਂ ਕੈਂਸਰ ਪੇਸ਼ੈਂਟਸ ਦਾ ਟ੍ਰੀਟਮੈਂਟ ਵੀ ਸਟਾਰਟ ਕਰੀਏ ਇੱਥੇ, ਉਹ ਪਲੈਨਿੰਗ ਹੈਗੀ, ਉਹਨੂੰ ਥੋੜ੍ਹਾ ਜਿਹਾ ਟਾਈਮ ਲੱਗੂਗਾ, ਬਟ ਦੇਖਦੇ ਹਾਂ। ਔਰ ਉਹਦੇ ਨਾਲ ਨਾਲ ਇੱਕ ਈਜ਼ੀ ਗੋਇੰਗ ਲਾਈਫ ਜੀਣੀ, ਜਿੱਦਾਂ ਤੁਸੀਂ ਤੁਹਾਡੇ ਫਾਦਰ ਜੀ ਰਹੇ ਆ, ਕੰਮ 'ਚ ਬਿਜ਼ੀ ਹੋਣ ਦੇ ਬਾਵਜੂਦ ਵੀ ਇੱਕ ਆਪਣੇ ਲਈ ਟਾਈਮ ਦੇਣਾ, ਆਪਣੇ ਆਪ ਨੂੰ ਵੀ ਅਪਡੇਟ ਰੱਖਣਾ, ਆਪਣੇ ਆਪ 'ਚ ਐਨਰਜੀ ਲੈਵਲ ਜਿਹੜਾ ਵਧਾਉਣਾ, ਉਹ ਵੀ ਤੁਸੀਂ ਉੱਦਾਂ ਕਰਦੇ ਹੋਗੇ ਪਾਪਾ ਨੂੰ? ਸਿੱਖ ਰਿਹਾ ਜੀ, ਟਾਈਮ ਮੈਨੇਜਮੈਂਟ ਬਹੁਤ ਔਖੀ ਚੀਜ਼ ਹੈਗੀ, ਅਤੇ ਉਹ ਤਾਂ ਬਹੁਤ ਵਧੀਆ ਟਾਈਮ ਮੈਨੇਜ ਕਰ ਲੈਂਦੇ ਨੇ। ਕੱਲ੍ਹ ਵੀ ਉਹਨਾਂ ਦਾ ਮਿਊਜ਼ਿਕ ਟੀਚਰ ਆਇਆ ਹੋਇਆ ਸੀ 9:30, 9:30 ਤੋਂ 10:30 ਉਹਨਾਂ ਦੀ ਮਿਊਜ਼ਿਕ ਕਲਾਸ ਹੋਈ, ਉਹਦੇ ਬਾਅਦ ਉਹਨਾਂ ਨੇ ਡਿਨਰ ਕੀਤਾ। ਅਤੇ ਉਹੀ ਜਿਹੜੀ ਤੁਹਾਡੀ ਹੋਬੀਜ਼ ਹੈ ਉਹਦੇ ਲਈ ਟਾਈਮ ਨਿਕਾਲਣਾ ਪੈਂਦਾ ਹੈ, ਬਟ ਇਟ ਇਜ਼ ਵੈਰੀ ਇੰਪੋਰਟੈਂਟ ਆਈ ਫੀਲ ਦੈਟ ਯੂ ਸ਼ੁੱਡ ਬੀ ਏਬਲ ਟੂ ਬੈਲੈਂਸ ਇਟ ਆਊਟ, ਕਿਉਂਕਿ ਕੰਮ ਸਿਰਫ ਨਹੀਂ ਹੈਗਾ ਇੰਪੋਰਟੈਂਟ, ਮਤਲਬ ਕੰਮ ਤਾਂ ਹੈਗਾ ਹੀ ਬਹੁਤ ਇੰਪੋਰਟੈਂਟ, ਬਟ ਇਹ ਸਾਰੀ ਚੀਜ਼ਾਂ ਵੀ ਕਾਫੀ ਇੰਪੋਰਟੈਂਟ ਹੁੰਦੀਆਂ। ਥੈਂਕ ਯੂ ਡਾਕਟਰ ਚਿਤ, ਥੈਂਕ ਯੂ ਜੀ।